ਰੇਡੀਓ ਚੰਨਪੁਰ ਦੇ ਅਸੀਂ ਸੁਣਦੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਇੱਕ ਵਾਰ ਫੇਰ ਸਾਰੇ ਸਰੋਤਿਆਂ ਦਾ ਸਵਾਗਤ। ਸੱਜਣੋ, ਹਫ਼ਤੇ ਦੇ ਵਿੱਚ ਇੱਕ ਦਿਨ ਬਕਤੌਰ ਸਿੰਘ ਢਿੱਲੋਂ ਸਾਹਿਬ ਆਪਣੇ ਨਾਲ ਸ਼ਾਮਲ ਹੁੰਦੇ ਨੇ। ਅੱਜ ਫਿਰ ਉਹ ਉਚੇਚੇ ਤੌਰ 'ਤੇ ਸਾਡੇ ਨਾਲ ਸ਼ਾਮਲ ਨੇ। ਗੱਲਬਾਤ ਕਰਦੇ ਹਾਂ ਬਕਤੌਰ ਸਿੰਘ ਢਿੱਲੋਂ ਸਾਹਿਬ ਦੇ ਨਾਲ ਕੁਝ ਖਾਸ ਮਸਲਿਆਂ ਦੇ ਉੱਤੇ। ਜੀ ਢਿੱਲੋਂ ਸਾਹਿਬ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਮਿਹਰਬਾਨੀ, ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਇਲੈਕਸ਼ਨ ਨੇੜੇ ਆ ਰਹੀ ਹੈ ਤਾਂ ਇੱਕ ਅੱਜ ਮੈਂ ਕਿਸੇ ਦੀ ਪੋਸਟ ਪੜ੍ਹ ਰਿਹਾ ਸੀ, ਬੜੇ ਪਾਏਦਾਰ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੋਈ ਸੀ ਕਿ ਅੱਗੇ ਜਦੋਂ ਦੇਸ਼ ਦੇ ਉੱਤੇ ਹਮਲਾ ਹੁੰਦਾ ਸੀ ਉਦੋਂ ਅਸਤੀਫਾ ਮੰਗਿਆ ਜਾਂਦਾ ਸੀ, ਇਸ ਵਾਰ ਪੁਲਵਾਮਾ ਹਮਲਾ ਅਤੇ ਉਸ ਤੋਂ ਬਾਅਦ ਜੋ ਘਟਨਾਵਾਂ ਹੋਈਆਂ ਨੇ ਹੁਣ ਵੋਟਾਂ ਮੰਗੀਆਂ ਜਾ ਰਹੀਆਂ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਦੇਖਦੇ ਹਾਂ, ਪੁਲਵਾਮਾ ਹਮਲਾ, ਇੰਡੋ ਪਾਕ ਸੰਬੰਧ, ਕਿਵੇਂ ਦੇਖ ਰਹੇ ਹੋ ਸਾਰੇ ਘਟਨਾਕ੍ਰਮ ਨੂੰ? ਦੇਖੋ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਅੱਗੇ ਜਦੋਂ ਹਮਲਾ ਹੁੰਦਾ ਸੀ ਉਦੋਂ ਹਾਕਮਾਂ ਤੋਂ ਅਸਤੀਫਾ ਮੰਗਿਆ ਜਾਂਦਾ ਸੀ ਕਿ ਤੁਹਾਡੀ ਅਣਗਹਿਲੀ ਹੈ, ਇਹ ਹੋ ਕਿਉਂ ਗਿਆ? ਪੁਲਵਾਮਾ ਦੇ ਵਿੱਚ ਹਮਲਾ ਹੁੰਦਾ ਹੈ, ਮੇਰੇ ਖਿਆਲ ਹੈ 14 ਫਰਵਰੀ ਨੂੰ ਇਹ ਹਮਲਾ ਹੁੰਦਾ ਹੈ। ਉਹ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਇੰਟੈਲੀਜੈਂਸ ਇਨਪੁਟਸ ਮਿਲ ਗਈਆਂ ਸੀ ਕਿ ਜੈਸ਼ ਏ ਮੁਹੰਮਦ ਇੱਥੇ ਹਮਲਾ ਕਰਵਾਉਣ ਲਈ ਸਾਜ਼ਿਸ਼ਾਂ ਰਚ ਰਿਹਾ। ਇਹ ਇਤਲਾਹ ਮਿਲ ਗਈ ਸੀ ਕਿ ਅਫਗਾਨਿਸਤਾਨ ਦੇ ਵਿੱਚ ਜੈਸ਼ ਏ ਮੁਹੰਮਦ ਦੇ ਗੁਰੀਲਿਆਂ ਨੂੰ, ਉਹਨਾਂ ਦੇ ਲੜਾਕਿਆਂ ਨੂੰ, ਉਹਨਾਂ ਦੇ ਖਾੜਕੂਆਂ ਨੂੰ ਟ੍ਰੇਨ ਕੀਤਾ ਗਿਆ ਔਰ ਉਹ ਜੈਸ਼ ਏ ਮੁਹੰਮਦ ਦਾ ਮੁਖੀ ਹੈ ਜਿਹੜਾ ਮਸੂਦ ਅਜ਼ਹਰ, ਉਹਦਾ ਭਤੀਜਾ ਜਿਹੜਾ ਵਾ ਜੰਮੂ ਕਸ਼ਮੀਰ ਚ ਮਾਰਿਆ ਗਿਆ ਸੀ ਸਿਕਿਉਰਿਟੀ ਫੋਰਸਿਸ ਦੇ ਹੱਥੋਂ, ਉਹਦਾ ਬਦਲਾ ਲੈਣ ਲਈ ਉਹਨਾਂ ਨੇ ਸਾਰੀ ਦੀ ਸਾਰੀ ਇੱਕ ਯੋਜਨਾ ਤਿਆਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਜਿਹੜੀ ਇਹ ਇਨਫੋਰਮੇਸ਼ਨ ਮਿਲੀ ਸੀ, ਇਸ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਭਾਰਤ ਦੇ ਇੱਕ ਡਿਜੀਟਲ ਮੀਡੀਆ ਦੇ ਇੱਕ ਵੈਬਸਾਈਟ ਦੇ ਉੱਤੇ ਇੱਕ ਆਰਟੀਕਲ ਵੀ ਲਿਖਿਆ ਗਿਆ ਜੀ ਕਿ ਇਹ ਕੁਛ ਹੋਣ ਵਾਲਾ ਹੈ ਜੀ। ਸਵਾਲ ਸਭ ਤੋਂ ਵੱਡਾ ਪੈਦਾ ਇਹ ਹੁੰਦਾ ਹੈ ਕਿ ਇਹ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਇਸ ਹੋਣ ਵਾਲੇ ਕਾਰੇ ਨੂੰ ਰੋਕਿਆ ਕਿਉਂ ਨਹੀਂ ਗਿਆ? ਰੋਕਣ ਵਾਸਤੇ ਸਰਕਾਰ ਨੇ ਕੀ ਬੰਦੋਬਸਤ ਕੀਤੀ? ਸਭ ਤੋਂ ਵੱਡਾ ਸਵਾਲ ਇਹ ਹੈ। ਇਸ ਹਮਲੇ ਦੇ ਵਿੱਚ ਮੁੱਢਲੀਆਂ ਰਿਪੋਰਟਾਂ ਦੇ ਮੁਤਾਬਕ ਕੋਈ 40 ਕਹਿ ਦਿੰਦਾ, ਕੋਈ 42 ਕਹਿ ਦਿੰਦਾ, ਕੋਈ 44 ਕਹਿ ਦਿੰਦਾ। CRPF ਦੇ ਜਵਾਨ ਮਾਰੇ ਗਏ। ਇੱਥੇ ਇੱਕ ਗੱਲ ਹੋਰ ਸੋਚਣ ਵਾਲੀ ਇਹ ਹੈ ਕਿ CRPF ਵਾਲਿਆਂ ਨੇ ਆਪਣੇ ਹੈੱਡਕੁਆਟਰ ਦੇ ਜ਼ਰੀਏ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਇੱਕ ਰਿਕੁਐਸਟ ਭੇਜੀ ਸੀ। ਉਸ ਰਿਕੁਐਸਟ ਰਾਹੀਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੰਮੂ ਤੋਂ CRPF ਨੂੰ ਕਸ਼ਮੀਰ ਤੱਕ ਮੂਵ ਕਰਨ ਲਈ, ਸ਼੍ਰੀ ਤੱਕ ਮੂਵ ਕਰਨ ਲਈ ਹਵਾਈ ਜਹਾਜ਼ਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇ। ਉਹ ਚਿੱਠੀ ਲਿਖਤੀ, 2 ਹਫ਼ਤੇ ਚਿੱਠੀ ਭਾਰਤ ਸਰਕਾਰ ਕੋਲੇ ਪਈ ਰਹੀ, ਗ੍ਰਹਿ ਵਿਭਾਗ ਕੋਲੇ ਪਈ ਰਹੀ, ਉਹਦਾ ਜਵਾਬ ਤੱਕ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਤੋਂ ਪਹਿਲਾਂ BSF ਨੇ ਵੀ ਅਜਿਹੀ ਹੀ ਇਜਾਜ਼ਤ ਮੰਗੀ ਸੀ, ਉਹ ਵੀ ਵੱਟੇ ਖਾਤੇ ਪਾ ਦਿੱਤੀ। ਵੱਡੀ ਗੱਲ ਇਹ ਹੈ ਜਿਹੜੀ ਯਾਦ ਰੱਖਣ ਵਾਲੀ ਹੈ ਕਿ ਪਹਿਲਾਂ ਜਦੋਂ ਅਜਿਹੇ ਮੌਕੇ ਆਉਂਦੇ ਸੀ ਉਦੋਂ ਅਜਿਹੀ ਇਜਾਜ਼ਤ ਮਿਲ ਜਾਂਦੀ ਸੀ ਉਹਨਾਂ ਨੂੰ ਏਅਰ ਫੋਰਸ ਦੇ ਰਾਹੀਂ ਜਾਂ ਹੋਰ ਜਹਾਜ਼ਾਂ ਰਾਹੀਂ ਸ਼ਿਫਟ ਕੀਤਾ ਜਾਂਦਾ ਹੁੰਦਾ ਸੀ ਜੰਮੂ ਤੋਂ ਕਸ਼ਮੀਰ ਤੱਕ, ਸ਼੍ਰੀਨਗਰ ਤੱਕ। ਤੁਸੀਂ ਦੇਖਿਆ ਜਿਹਨਾਂ ਲੋਕਾਂ ਨੇ ਕਸ਼ਮੀਰ ਦਾ ਕਦੇ ਭਰਮਣ ਕੀਤਾ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਸਰਦੀ ਦੇ ਦਿਨਾਂ ਵਿੱਚ ਜੰਮੂ ਤੇ ਸ਼੍ਰੀਨਗਰ ਦਾ ਰਸਤਾ ਜਿਹੜਾ ਉਹ ਪੂਰੀ ਤਰ੍ਹਾਂ ਬਰਫੀਲੇ ਤੂਫਾਨਾਂ ਦੇ ਨਾਲ ਢਕਿਆ ਜਾਂਦਾ ਹੈ। ਲਾਰਾਂ ਟਰੱਕਾਂ ਦੀਆਂ ਖੜੀਆਂ ਰਹਿੰਦੀਆਂ, ਆਰਮਡ ਫੋਰਸਿਸ ਦੀਆਂ ਖੜੀਆਂ ਰਹਿੰਦੀਆਂ। ਕਈ ਵਾਰੀ ਤੈਅ ਹੁੰਦਾ ਹੈ ਕਿ ਕੈਜੂਅਲਟੀ ਹੋ ਜਾਂਦੀ ਹੈ, ਬਰਫ਼ ਦੇ ਵਿੱਚ ਦੱਬ ਕੇ ਜਵਾਨਾਂ ਦੀ ਮੌਤ ਵੀ ਹੋ ਜਾਂਦੀ ਹੈ। ਸੋ ਇੱਕ ਫੌਜੀ ਨੂੰ ਤਿਆਰ ਕਰਨ ਵਾਸਤੇ, ਇੱਕ ਜਾਂਬਾਜ਼ ਕਮਾਂਡੋ ਨੂੰ ਤਿਆਰ ਕਰਨ ਵਾਸਤੇ ਨੇਸ਼ਨ ਦਾ ਕਿੰਨਾ ਪੈਸਾ ਲੱਗਦਾ ਹੈ, ਕੌਮ ਦਾ ਕਿੰਨਾ ਪੈਸਾ ਲੱਗਦਾ, ਉਹਦੇ 'ਤੇ ਕਿੰਨੀ ਤਿਆਰੀ ਹੁੰਦੀ ਹੈ। ਇੱਕ ਫੌਜੀ ਦੀ ਕੀਮਤ ਆਮ ਨਾਗਰਿਕ ਨਾਲੋਂ, ਵੈਸੇ ਤਾਂ ਕੀਮਤ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ, ਪਰ ਦੇਸ਼ ਦੇ ਰਖਵਾਲੇ ਦੀ ਜਿਹੜੀ ਹੈਗੀ ਹੈ ਕੀਮਤ ਆਮ ਨਾਗਰਿਕ ਦੇ ਤੁਹਾਡੇ ਮੇਰੇ ਨਾਲੋਂ ਕਿਤੇ ਵੱਧ ਹੁੰਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਸੀ, ਜੋ ਉਹਨਾਂ ਦੀ ਰਿਕੁਆਇਰਮੈਂਟ ਸੀ ਉਹ ਪੂਰੀ ਕਰਨੀ ਚਾਹੀਦੀ ਸੀ। ਲੇਕਿਨ ਜਦੋਂ ਇਹ ਭਾਣਾ ਵਾਪਰ ਗਿਆ, ਸਾਡੇ 40 ਤੋਂ ਉੱਪਰ ਜਵਾਨ ਮਾਰੇ ਗਏ, ਉਹ ਤੋਂ ਕੁਝ ਦਿਨਾਂ ਬਾਅਦ ਹੀ ਫਿਰ ਗ੍ਰਹਿ ਵਿਭਾਗ ਇੱਕ ਚਿੱਠੀ ਜਾਰੀ ਕਰ ਦਿੰਦਾ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਪੈਰਾਮਿਲਟਰੀ ਫੋਰਸਿਸ ਦੇ ਜਵਾਨ ਹੋਣਗੇ
ਪਹਿਲਾਂ ਅਫਸਰਾਂ ਨੂੰ ਇਜਾਜ਼ਤ ਸੀ ਕਿ ਜੇ ਅਫਸਰਾਂ ਨੇ ਛੁੱਟੀ ਕੱਟਣ ਜਾਣਾ ਹੈ ਜੀ ਤਾਂ ਉਹ ਛੁੱਟੀ ਟ੍ਰੇਨਾਂ ਰਾਹੀਂ ਜਾਂਦੇ, ਟ੍ਰੇਨਾਂ ਰਾਹੀਂ ਨਹੀਂ ਜਾਂਦੇ ਹੁੰਦੇ ਸੀ, ਬਾਈ ਏਅਰ ਜਾਂਦੇ ਹੁੰਦੇ ਸੀ ਜੀ। ਜਵਾਨਾਂ ਵਾਸਤੇ ਇਹ ਸੀ ਕਿ ਉਹ ਟੈਕਸੀਆਂ ਲੈਣ ਚਾਹੇ ਉਹ ਬੱਸ ਤੇ ਚੜ੍ਹਨ, ਤੇ ਉਹ ਤੋਂ ਬਾਅਦ ਜਿੱਥੋਂ ਉਹਨਾਂ ਨੂੰ ਟ੍ਰੇਨ ਮਿਲ ਜੇ ਉਹ ਟ੍ਰੇਨ ਰਾਹੀਂ ਉਹਨਾਂ ਨੂੰ ਟ੍ਰੇਨ ਦਾ ਪਾਸ ਦਿੱਤਾ ਜਾਂਦਾ ਸੀ ਕਿ ਟ੍ਰੇਨ ਦੇ ਰਾਹੀਂ ਉਹ ਚਲੇ ਜਾਣ। ਅੱਜ ਵੀ ਭਾਰਤੀ ਫੌਜ ਦੇ ਜਿਹੜੇ ਜਵਾਨ ਆ ਉਹਨਾਂ ਲਈ ਇਹੀ ਸਿਸਟਮ ਜਾਰੀ ਹੈ। ਲੇਕਿਨ ਉਹ ਤੋਂ ਬਾਅਦ ਜਦੋਂ ਇਹ ਘਟਨਾ ਵਾਪਰ ਗਈ ਫਿਰ ਇਹ ਇਜਾਜ਼ਤ ਦੇ ਤੀ ਕਿ ਹੁਣ ਜਵਾਨ ਵੀ ਬਾਈ ਏਅਰ ਜਿਹੜਾ ਹੈਗਾ ਉਹ ਮੂਵ ਕਰ ਸਕਦੇ ਆ, ਆਪਣੇ ਘਰਾਂ ਨੂੰ ਜਾ ਸਕਦੇ ਆ। ਹੁਣ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ 42 ਬੰਦੇ ਮਰਵਾ ਲਏ, ਇਹ ਜਿਹੜਾ ਫੈਸਲਾ ਪਹਿਲਾਂ ਕਰਨਾ ਚਾਹੀਦਾ ਸੀ, ਇਨਫੋਰਮੇਸ਼ਨ ਸਪੀਕ ਮਿਲ ਗਈ ਸੀ ਜੀ, ਉਦੋਂ ਇਹ ਫੈਸਲਾ ਕਿਉਂ ਨਹੀਂ ਲਿਆ ਗਿਆ? ਜਦੋਂ ਐਡਾ ਵੱਡਾ ਨੁਕਸਾਨ ਹੋ ਗਿਆ ਫਿਰ ਇਸ ਪਾਸੇ ਨੂੰ ਭਾਰਤ ਸਰਕਾਰ ਹੈ ਜਿਹੜੀ ਚੁਣਤੀ, ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਜੀ। ਉਹ ਤੋਂ ਬਾਅਦ ਅਸੀਂ ਜਿਵੇਂ ਕਿ ਸਾਡੀ ਆਦਤ ਹੈ ਅਸੀਂ ਨਾਲ ਦੀ ਨਾਲ ਹੀ ਇਹ ਗੱਲ ਕਹਿਤੀ ਕਿ ਜੋ ਕੁਛ ਹੋਇਆ ਇਹ ਪਾਕਿਸਤਾਨ ਦੀ ਆਰਮੀ ਨੇ ਕਰਾਇਆ, ISI ਨੇ ਕਰਾਇਆ ਜੀ, ਜੈਸ਼ ਏ ਮੁਹੰਮਦ ਨੇ ਕਰਵਾਇਆ, ਤੇ ਪ੍ਰਧਾਨ ਮੰਤਰੀ ਸਾਹਿਬ ਸਾਫ਼ ਕਹਿ ਰਹੇ ਹੈ ਜਿਹੜੀ ਸਿਕਿਉਰਿਟੀ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਹੈ ਉਹ ਤੋਂ ਬਾਅਦ ਕਿ ਜਿਹਨਾਂ ਦਹਿਸ਼ਤਗਰਦਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਨੂੰ ਆਪਣੀ ਗਲਤੀ ਤੇ ਪਛਤਾਉਣਾ ਪਊਗਾ, ਕਿਉਂਕਿ ਬਹੁਤ ਵੱਡੀ ਸਜ਼ਾ ਸੀ ਉਹਨਾਂ ਨੂੰ ਦੇਣ ਵਾਸਤੇ ਜਾ ਰਹੀ ਹੈ ਜੀ। ਜਦੋਂ ਇਹ ਗੱਲ ਕਹੀ ਤਾਂ ਪਾਕਿਸਤਾਨ ਦੀ ਸਰਕਾਰ ਨੇ ਕਿਹਾ ਕਿ ਤੁਸੀਂ ਸਾਨੂੰ ਜੋ ਵੀ ਤੁਹਾਡੇ ਕੋਲ ਇੰਟੈਲੀਜੈਂਸ ਰਿਪੋਰਟਸ ਹੈ, ਇਨਪੁਟਸ ਹੈ ਕਿ ਪਾਕਿਸਤਾਨ ਦੇ ਕਿਸੇ ਸਿਕਿਉਰਿਟੀ ਨਾਲ ਸੰਬੰਧਿਤ ਵਿੰਗ ਦੀ, ਫੌਜ ਦੇ ਕਿਸੇ ਅੰਗ ਦੀ ਜੇ ਕੋਈ ਸ਼ਮੂਲੀਅਤ ਹੈ, ਸਾਡੀ ਕਿਸੇ ਖੁਫੀਆ ਏਜੰਸੀ ਦੀ ਸ਼ਮੂਲੀਅਤ ਹੈ, ਉਹਦੇ ਬਾਰੇ ਜੋ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਤੁਸੀਂ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿਓ, ਅਸੀਂ ਇਹਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹਾਂ। ਲੇਕਿਨ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਸੇ ਵੇਲੇ ਪ੍ਰੋਵਾਈਡ ਨਹੀਂ ਕੀਤੀ ਗਈ, ਸਗੋਂ ਅੰਦਰੇ ਅੰਦਰ ਇੱਕ ਤਿਆਰੀ ਸ਼ੁਰੂ ਕਰਤੀ। ਸੋ 26 ਫਰਵਰੀ ਦਾ ਦਿਨ ਆਉਂਦਾ, 26 ਫਰਵਰੀ ਨੂੰ ਵੱਡੇ ਤੜਕੇ ਸਾਡੀ ਏਅਰਫੋਰਸ ਦੇ ਕੁਝ ਮਿਗ ਜਹਾਜ਼ ਹੋ ਜਾਂਦੇ ਆ ਪਾਕਿਸਤਾਨ ਵਾਲੇ ਪਾਸੇ, ਉੱਥੇ ਬੰਬਾਰਟਮੈਂਟ ਕਰਦੇ ਆ, ਬੰਬਾਰਟਮੈਂਟ ਕਰਨ ਤੋਂ ਬਾਅਦ ਉਹ ਵਾਪਸ ਆ ਜਾਂਦੀ ਜੀ। ਵਾਪਸ ਆਉਣ ਤੋਂ ਬਾਅਦ ਫਿਰ ਕੈਬਨਿਟ ਕਮੇਟੀ ਜਿਹੜੀ ਹੈਗੀ ਸਿਕਿਉਰਿਟੀ ਬਾਰੇ ਉਹਦੀ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਤੋਂ ਬਾਅਦ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਪ੍ਰੈਸ ਕਾਨਫਰੰਸ ਕੌਣ ਕਰਦਾ ਹੈ? ਭਾਰਤ ਦਾ ਵਿਦੇਸ਼ ਸਕੱਤਰ ਜੀ। ਵਿਦੇਸ਼ ਸਕੱਤਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਹਿੰਦਾ ਹੈ? ਉਹ ਕਹਿੰਦਾ ਕਿ ਸਾਡੇ ਜਹਾਜ਼ ਨੇ ਉਹਨਾਂ ਨੇ ਟਾਰਗੇਟ ਦੇ ਉੱਤੇ ਬੰਬਾਰਟਮੈਂਟ ਕੀਤੀ ਜੀ, ਉਹ ਸਹੀ ਸਲਾਮਤ ਵਾਪਸ ਆ ਗਏ। ਔਰ ਜਿਹੜਾ ਵਿਦੇਸ਼ ਸਕੱਤਰ ਹੈ, ਵਿਦੇਸ਼ ਸਕੱਤਰ ਦੇ ਬੋਲਣ ਤੋਂ ਪਹਿਲਾਂ ਹੀ ਜੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਦਾ ਜਿਹੜਾ ਅਧਿਕਾਰੀ ਸੀ ਉਹਨੇ ਮੀਡੀਆ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਕਿਸੇ ਕਿਸਮ ਦੇ ਸਵਾਲ ਨਾ ਪੁੱਛੇ ਆ ਜੀ। ਮੀਡੀਆ ਵਾਲਿਆਂ ਨੇ ਸਵਾਲ ਪੁੱਛਣ ਦੇ ਯਤਨ ਕੀਤੇ, ਲੇਕਿਨ ਵਿਦੇਸ਼ ਸਕੱਤਰ ਕਾਲੇ ਕਦਮੀ ਉੱਥੋਂ ਉੱਠ ਕੇ ਚਲੇ ਗਏ, ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਜੀ। ਹੁਣ ਅਗਲਾ ਸਵਾਲ ਖੜਾ ਹੁੰਦਾ ਹੈ ਕਿ ਵਿਦੇਸ਼ ਸਕੱਤਰ ਨੇ ਕਿਸੇ ਦੀ ਕੋਈ ਗਿਣਤੀ ਨਹੀਂ ਕੀਤੀ ਕਿ ਅਸੀਂ ਹਿੱਟ ਕੀਤਾ ਪਾਕਿਸਤਾਨ ਦੇ ਵਿੱਚ, ਕਿੰਨੇ ਬੰਦੇ ਮਾਰੇ ਗਏ ਉਹਨਾਂ ਨੇ ਕੋਈ ਗਿਣਤੀ ਨਹੀਂ ਕੀਤੀ। ਲੇਕਿਨ ਉਹ ਤੋਂ ਫੌਰਨ ਬਾਅਦ ਭਾਰਤ ਦੇ ਮੀਡੀਆ ਤੇ ਬੜੇ ਵੱਡੇ ਪੱਧਰ ਦੇ ਉੱਤੇ ਸਟੋਰੀਆਂ ਚੱਲੀਆਂ ਸ਼ੁਰੂ ਹੋ ਗਈਆਂ ਇਲੈਕਟ੍ਰੋਨਿਕ ਮੀਡੀਆ ਤੇ, ਖਾਸ ਕਰਕੇ ਆਪਾਂ ਕਹਾਂਗੇ ਇੱਕ ਅੱਧੇ ਚੈਨਲ ਨੂੰ ਛੱਡ ਕੇ ਸਾਰੇ ਚੈਨਲਾਂ ਨੇ ਇਹ ਗੱਲ ਕਹੀ ਕਿ 350 ਦਹਿਸ਼ਤਗਰਦ ਹੈ ਜਿਹੜੇ ਉਹ ਮਾਰੇ ਗਏ ਜੀ। ਜੈਸ਼ ਏ ਮੁਹੰਮਦ ਦਾ ਸਰਗਣਾ ਜਿਹੜਾ ਹੈਗਾ ਇੱਕ, ਜਿਹੜਾ ਉੱਥੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀ, ਉਹ ਵੀ ਉਹਦੇ ਵਿੱਚ ਮਾਰਿਆ ਗਿਆ। ਇਹ ਸਾਰੀਆਂ ਗੱਲਾਂ ਕਰਦੇ ਹਾਂ, ਮੁਲਕ ਨੇ ਇਹ ਗੱਲ ਮੰਨ ਲਈ ਕਿ ਹਾਂ ਠੀਕ ਹੈ ਜੀ, ਜ਼ਰੂਰ ਇਹ ਹੋ ਗਿਆ। ਲੇਕਿਨ 24 ਘੰਟੇ 48 ਘੰਟੇ ਬੀਤੇ, ਪਾਕਿਸਤਾਨ ਦੇ ਉੱਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਪਾਕਿਸਤਾਨ ਸਾਡੇ ਹੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਪਾਕਿਸਤਾਨ ਦੇ ਜਿਹੜੇ ਸੀਗੇ ਏਅਰਫੋਰਸ ਦੇ ਸਪੋਕਸਪਰਸਨ, ਉਹਨਾਂ ਨੇ ਸਪਸ਼ਟ ਕਹਿਤਾ ਸੀ ਕਿ ਸਾਡੇ ਦੇਸ਼ ਦੇ ਉੱਤੇ ਹਮਲਾ ਹੋਇਆ ਪਰ ਨੁਕਸਾਨ ਕੋਈ ਨਹੀਂ ਹੋਇਆ। ਉਹਨਾਂ ਤੋਂ ਬਾਅਦ ਸਾਡੀ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਹੜੀ ਪਾਕਿਸਤਾਨ ਦੀ ਸਰਕਾਰ ਨੇ ਕਲੇਮ ਕੀਤਾ ਕਿ ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਉਹਦੇ ਤੇ ਅਸੀਂ ਇਤਵਾਰ ਨਾ ਕਰੀਏ, ਬਿਲਕੁਲ ਸਾਨੂੰ ਹੱਕ ਹੈ ਕਿਉਂਕਿ ਤਾਂ ਕਹੂਗਾ ਦੁਸ਼ਮਣ ਹੈ। ਸਹੀ। ਲੇਕਿਨ ਉਹ ਤੋਂ ਬਾਅਦ ਜਿਹੜਾ ਕੌਮਾਂਤਰੀ ਮੀਡੀਆ ਹੈ, ਕੌਮਾਂਤਰੀ ਮੀਡੀਆ ਨੇ ਜੋ ਉੱਥੋਂ ਦੀਆਂ ਪਰਿਸਥਿਤੀਆਂ ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਕੌਮਾਂਤਰੀ ਮੀਡੀਆ ਇਹ ਗੱਲ ਕਹਿੰਦਾ ਕਿ ਉੱਥੇ ਕੁੱਝ ਦਰਖਤ ਪੁੱਟੇ ਗਏ ਜੀ ਔਰ ਇੱਕ ਕਾਮਰੇ ਹੈ, ਕੁੱਝ ਘਰ ਸੀ, ਉਹਨਾਂ ਦੀਆਂ ਕੰਧਾਂ ਵਗੈਰਾ ਦੇ ਵਿੱਚ ਤੇੜਾਂ ਆ ਗਈਆਂ ਹੈ, ਕੈਜੂਅਲਟੀ ਕੋਈ ਹੋਈ ਨਹੀਂ। BBC ਦੀ ਰਿਪੋਰਟਰ ਮੌਕੇ ਤੇ ਜਾਂਦੀ ਹੈ ਜੀ, ਉੱਥੇ ਇੱਕ ਜਿਹੜਾ ਪੇਂਡੂ ਆ ਉਹ ਪੇਂਡੂ ਦੱਸਦਾ ਕਿ ਕਿਵੇਂ ਹੋਇਆ, ਉਹਨੇ ਸਾਰਾ ਬਿਰਤਾਂਤ ਦੱਸਿਆ ਤੇ ਪੇਂਡੂ ਨੇ ਇਹ ਵੀ ਦਰਸਾਇਆ ਕਿ ਮੇਰੇ ਆ ਥੋੜੀ ਜਿਹੀ ਸੱਟ ਲੱਗੀ, ਇਦੋਂ ਬਾਅਦ ਕੁਛ ਵੀ ਨਹੀਂ ਹੋਇਆ। ਇਹਦੇ ਤੋਂ ਬਾਅਦ ਫਿਰ ਸਵਾਲ ਪੁੱਛਣੇ ਉੱਠਣੇ ਸ਼ੁਰੂ ਹੋ ਗਏ। ਚਲੋ ਸਵਾਲ ਆਪਣੀ ਥਾਂ ਦੇ ਉੱਤੇ ਹੈ, ਮੀਡੀਆ ਦੇ ਵਿੱਚ ਆਪਣੀ ਡਿਬੇਟ ਚੱਲ ਪਈ ਜੀ। ਮੀਡੀਆ ਦਾ ਜਿਹੜਾ ਹਿੱਸਾ ਜੰਗ ਨੂੰ ਭੜਕਾਉਣ ਵਾਸਤੇ ਲੱਗਿਆ ਹੋਇਆ ਸੀ
ਉਹਦੇ ਐਂਕਰਾਂ ਨੇ ਬਹੁਤ ਉੱਚੀ ਉੱਚੀ ਲਲਕਾਰੇ ਮਾਰੇ, ਜੀ ਬੜੇ ਵੱਡੇ ਉਹਨਾਂ ਨੇ ਬੁਲੰਦ ਦਾਅਵੇ ਕੀਤੇ, ਜੋ ਕਰਾਂਗੇ ਵਾਹ ਕਰਾਂਗੇ। ਮੇਰਾ ਖਿਆਲ ਹੈ ਜੇ ਆਪਾਂ ਦੇਸੀ ਪੰਜਾਬੀ ਚ ਗੱਲ ਕਰੀਏ ਜੀ, ਵੀ ਪਾਈਆ ਪਾਈਆ ਦੀਆਂ ਐਂਕਰਾਂ ਜਿਹਨਾਂ ਦਾ ਪਾਈਆ ਪਾਈਆ ਭਾਰ ਹੈ, ਉਹ ਇਉਂ ਉੱਠ ਕੇ ਰੌਲਾ ਪਾ ਰਹੀਆਂ ਸੀ ਕਿ ਜਿਵੇਂ ਉਹਨਾਂ ਨੇ ਸਰਹੱਦ ਦੇ ਉੱਤੇ ਜਾ ਕੇ ਲੀਡ ਕਰਨਾ ਹੁੰਦਾ ਫੌਜਾਂ ਨੂੰ ਕਿ ਚੱਕ ਦਿਓ, ਤਬਾਹ ਕਰ ਦਿਓ, ਜੋ ਕਰ ਦਿਓ ਵਾਹ ਕਰ ਦਿਓ। ਇਹ ਜਿਹੜੀ ਜੰਗਜੂ ਸਥਿਤੀ ਪੈਦਾ ਕੀਤੀ ਜਾ ਰਹੀ ਸੀ, ਇਹ ਕਿਉਂ ਕੀਤੀ ਜਾ ਰਹੀ? ਅਸਲ ਦੇ ਵਿੱਚ ਇਹ ਇੱਕ ਨੈਸ਼ਨਲਿਜ਼ਮ, ਰਾਸ਼ਟਰਵਾਦ ਭੜਕਾਉਣ ਵਾਸਤੇ ਇੱਕ ਗਿਣੀ ਮਿੱਠੀ ਸਾਜਿਸ਼ ਦਾ ਹਿੱਸਾ ਸੀ, ਕਿਉਂਕਿ ਇੱਕ ਮੌਕਾ ਮਿਲ ਗਿਆ, ਇਸ ਮੌਕੇ ਨੂੰ ਕਿਵੇਂ ਇਸਤੇਮਾਲ ਕੀਤਾ ਜਾਵੇ। ਜੇ ਆਪਾਂ ਦੇਖੀਏ ਇਹ ਤੋਂ ਪਹਿਲਾਂ ਕਿ ਇਹ ਸਾਰਾ ਸਾਰਾ ਜਿਹੜਾ ਪ੍ਰਪੰਚ ਰਚਿਆ ਗਿਆ, ਪ੍ਰਪੰਚ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਬੰਦੇ ਮੇਰੇ ਉਹ ਪ੍ਰਪੰਚ ਸੀ ਜਾਂ ਸਾਡੀ ਜਿਹੜੀ ਅਸੀਂ ਟਾਰਗੇਟ ਕੀਤੀ ਉਹ ਸੀ, ਭਾਰਤ ਦੇ ਅੰਦਰ ਜਿਹੜਾ ਪ੍ਰਪੰਚ ਰਚਿਆ ਗਿਆ, ਜਿਹੜਾ ਮੀਡੀਆ ਦੇ ਉੱਤੇ ਇੱਕ ਇਸ ਕਿਸਮ ਦਾ ਮਾਹੌਲ ਬਣਾਇਆ ਗਿਆ, ਅੰਨਾ ਰਾਸ਼ਟਰਵਾਦ ਭੜਕਾਉਣ ਦੇ ਯਤਨ ਕੀਤੇ ਗਏ, ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਇਹ ਹੈ ਕਿ ਸਾਡੀ ਜਿਹੜੀ ਹੈਗੀ ਹੈ ਮੋਦੀ ਸਰਕਾਰ ਨੂੰ ਬਣਿਆ ਨੂੰ ਮਈ ਦੇ ਵਿੱਚ 5 ਸਾਲ ਹੋ ਜਾਣਗੇ, ਹੁਣ ਚੱਲਦੀ ਹੈ ਮਾਰਚ, ਮਾਰਚ ਦਾ ਮਹੀਨਾ ਤੇ ਅਪ੍ਰੈਲ ਦਾ ਮਹੀਨਾ, 2 ਮਹੀਨੇ ਵਿਚਾਲੇ ਰਹਿ ਗਏ, ਮਤਲਬ 4 ਸਾਲ ਤੇ 10 ਕੁ ਮਹੀਨੇ ਸਰਕਾਰ ਨੂੰ ਬਣੀ ਨੂੰ ਹੋ ਗਏ। ਜਿੱਦੇ ਕੋਡ ਆਫ ਕੰਡਕਟ ਲੱਗ ਗਿਆ, ਇਲੈਕਸ਼ਨ ਦਾ ਐਲਾਨ ਹੋ ਗਿਆ, ਸੰਭਾਵਨਾ ਇਹ ਹੈ ਕਿ ਸ਼ਾਇਦ ਉਹ 9 ਜਾਂ 10 ਮਾਰਚ ਨੂੰ ਹੋ ਜਾਏ, ਉਹ ਤੋਂ ਬਾਅਦ ਸਰਕਾਰ ਕੋਈ ਕੰਮ ਨਹੀਂ ਕਰ ਸਕਦੀ, ਉਹ ਕੰਮ ਚਲਾਊ ਸਰਕਾਰ ਰਹਿ ਜਾਂਦੀ ਉਹਦੇ ਕੋਲੇ ਨਹੀਂ। ਲੇਕਿਨ ਪਿਛਲੇ ਜਿਹੜੇ ਹੈਗੇ ਆ 4 ਸਾਲ ਤੇ 10 ਮਹੀਨਿਆਂ ਦੇ ਵਿੱਚ ਸਰਕਾਰ ਨੇ ਕਿਹੜੇ ਕੰਮ ਕੀਤੇ? ਬਾਕੀ ਕੰਮਾਂ ਨੂੰ ਤਾਂ ਛੱਡ ਦਿਓ, ਆਪਾਂ ਉਹਨਾਂ ਗੱਲਾਂ ਤੇ ਆ ਜਾਈਏ ਜਿਹੜੀਆਂ ਗੱਲਾਂ ਸਰਕਾਰ ਨੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਅਸੀਂ ਕਰਾਂਗੇ। ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਇਹ ਭਾਰਤੀ ਜਨਤਾ ਪਾਰਟੀ ਦੇ ਸਿਰਫ ਲੀਡਰ ਸੀ, ਪ੍ਰਧਾਨ ਮੰਤਰੀ ਨਹੀਂ ਸੀ ਬਣੇ, ਇਹਨਾਂ ਨੂੰ ਉਮੀਦਵਾਰ ਬਣਾ ਲਿਆ ਸੀ, ਇਹਨਾਂ ਨੇ ਚੋਣ ਪ੍ਰਚਾਰ ਆਰੰਭਿਆ। ਚੋਣ ਪ੍ਰਚਾਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਹਿੰਦੇ ਸੀ ਕਿ ਮੈਨੂੰ ਤੁਸੀਂ ਮੌਕਾ ਦਿਓ, ਜੇ ਸਾਨੂੰ ਮੌਕਾ ਮਿਲ ਗਿਆ ਵਿਦੇਸ਼ਾਂ ਦੇ ਵਿੱਚ ਜਿਹੜਾ ਕਾਲਾ ਧਨ ਪਿਆ ਉਹ ਕਾਲਾ ਧਨ ਅਸੀਂ ਸਾਰਾ ਉੱਥੋਂ ਬਰਾਮਦ ਕਰਾਵਾਂਗੇ, ਉੱਥੋਂ ਕਢਾ ਕੇ ਭਾਰਤ ਦੇ ਵਿੱਚ ਲੈ ਕੇ ਆਵਾਂਗੇ। ਭਾਰਤ ਦੇ ਵਿੱਚ ਲਿਆ ਕੇ ਅਸੀਂ ਹਰ ਨਾਗਰਿਕ ਦੇ ਖਾਤੇ ਦੇ ਵਿੱਚ 3 ਲੱਖ ਰੁਪਈਆ ਪਾਵਾਂਗੇ। ਆਪਦੇ ਹਿਸਾਬ ਕਿਤਾਬ ਨਾਲ ਇਹਨਾਂ ਨੇ ਹਿਸਾਬ ਲਾ ਲਿਆ ਕਿ ਜਿਹੜਾ 5 ਜੀਆਂ ਦਾ ਪਰਿਵਾਰ ਹੈ ਉਹਨਾਂ ਦੇ ਖਾਤੇ ਦੇ ਵਿੱਚ 15 ਲੱਖ ਰੁਪਈਏ ਪੈ ਜਾਣਗੇ, ਔਰ ਉਹ ਸਾਰੇ ਦਾ ਸਾਰਾ ਪੈਸਾ ਅਸੀਂ ਲੈ ਕੇ ਆ ਜਾਣਗੇ। ਨਾਲ ਹੀ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਹਰ ਸਾਲ ਅਸੀਂ 1 ਕਰੋੜ ਨੌਕਰੀਆਂ ਈਜਾਦ ਕਰਾਂਗੇ, ਪੈਦਾ ਕਰਾਂਗੇ, 1 ਕਰੋੜ ਬੰਦਿਆਂ ਨੂੰ ਅਸੀਂ ਨੌਕਰੀਆਂ ਦੇਵਾਂਗੇ। ਹੁਣ ਆਪਾਂ ਇਹਨਾਂ ਦੋਨਾਂ ਗੱਲਾਂ ਦੀ ਗੱਲ ਦੇਖ ਲਈਏ, ਦੋਨਾਂ ਮਾਮਲਿਆਂ 'ਚ ਕਿ ਕੀ ਭਾਰਤੀ ਲੋਕਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਰੁਪਈਏ ਪੈ ਗਏ, ਅੱਜ ਤੱਕ 15 ਪੈਸੇ ਵੀ ਨਹੀਂ ਪਏ। ਇਹਦੇ ਬਾਰੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮਿਸਟਰ ਅਮਿਤ ਸ਼ਾਹ ਨੂੰ ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਕਿ ਤੁਹਾਡੀ ਪਾਰਟੀ ਦਾ ਵਾਅਦਾ ਸੀ, ਤੁਹਾਡੇ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਉਮੀਦਵਾਰ ਤੇ ਮੌਜੂਦਾ ਪ੍ਰਧਾਨ ਮੰਤਰੀ ਨੇ ਬੜੀ ਬੁਲੰਦ ਆਵਾਜ਼ ਦੇ ਵਿੱਚ ਇਹ ਗੱਲ ਕਹੀ ਸੀ, ਇਹਦਾ ਕੀ ਬਣਿਆ ਜੀ, ਇਹ ਵਾਅਦਾ ਪੂਰਾ ਕਿਉਂ ਨਹੀਂ ਹੋਇਆ? ਤਾਂ ਫਿਰ ਅਮਿਤ ਸ਼ਾਹ ਜੀ ਕੀ ਕਹਿੰਦੇ ਆ, ਵੋ ਤੋ ਚੁਨਾਵੀ ਜੁਮਲਾ ਥਾ, ਇਹਦਾ ਮਤਲਬ ਹੈ ਕਿ ਵੋਟਾਂ ਲੈਣ ਦੀ ਖਾਤਰ ਸਾਰਾ ਕੁਛ ਕੀਤਾ ਗਿਆ। 1 ਕਰੋੜ ਨੌਕਰੀਆਂ ਕੀ ਲੋਕਾਂ ਨੂੰ ਮਿਲੀਆਂ? ਇਹਦੇ ਸੰਬੰਧ ਵਿੱਚ ਜਿਹੜਾ ਨੌਕਰੀਆਂ ਵਾਲਾ ਅੰਕੜੇ ਪੇਸ਼ ਕਰਨ ਵਾਲਾ ਡਿਪਾਰਟਮੈਂਟ ਹੈ, ਉਸ ਡਿਪਾਰਟਮੈਂਟ ਨੂੰ ਅੰਕੜੇ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਉਂ ਨਹੀਂ ਇਜਾਜ਼ਤ ਦਿੱਤੀ ਗਈ? ਜੋ ਖਬਰਾਂ ਪੁੱਛਣ ਕੇ ਆ ਰਹੀਆਂ ਉਹਦੇ ਮੁਤਾਬਕ ਇਹ ਹੈ ਕਿ ਬੇਰੁਜ਼ਗਾਰੀ ਦੀ ਦਰ ਇਹਨਾਂ 4 ਸਾਲ ਤੇ 10 ਮਹੀਨਿਆਂ ਦੇ ਦੌਰਾਨ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹਨੇ ਪਿਛਲੇ 45 ਸਾਲਾਂ ਦਾ ਰਿਕਾਰਡ ਹੈ ਜਿਹੜਾ ਉਹਨੂੰ ਮਾਤ ਪਾਤਾ। ਫਿਰ ਅਸੀਂ ਦੇਖੀਏ ਇੱਥੇ GST ਸਾਡੇ ਲਾਗੂ ਕੀਤੀ ਗਈ। GST ਦੇ ਜ਼ਰੀਏ ਇਹ ਗੱਲ ਕਹੀ ਸੀ ਕਿ ਵਪਾਰੀਆਂ ਦਾ, ਛੋਟੇ ਕਾਰੋਬਾਰੀਆਂ ਦਾ ਕਾਰੋਬਾਰ ਬਹੁਤ ਸੁਖਾਲਾ ਹੋ ਜੂਗਾ, ਇੰਸਪੈਕਟਰੀ ਰਾਜ ਤੋਂ ਉਹਨਾਂ ਨੂੰ ਨਿਜਾਤ ਮਿਲ ਜੂਗੀ, ਔਰ ਸਰਕਾਰ ਦੇ ਕੋਲੇ ਪੂਰਾ ਟੈਕਸ ਆਉਣਾ ਸ਼ੁਰੂ ਹੋ ਜੂਗਾ, ਬਾਕੀ ਸਾਰੀ ਤੁਸੀਂ ਦੇਸ਼ ਨੂੰ ਛੱਡ ਦਿਓ। ਪੰਜਾਬ ਦੀ ਹਾਲਤ ਦੇਖ ਲਓ, ਪੰਜਾਬ ਦੇ ਵਿੱਚ ਜਿਹੜੀ ਸਾਨੂੰ ਵੈਟ ਤੋਂ ਆਮਦਨ ਹੁੰਦੀ ਸੀ ਉਹਦੇ ਨਾਲ ਉਹ ਆਮਦਨ ਕਿਤੇ ਘੱਟ ਗਈ ਹੈ। ਭਾਰਤ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਡਾ ਘਾਟਾ ਪੂਰਾ ਕਰਾਂਗੇ, ਉਹ ਘਾਟਾ ਤਾਂ ਪੂਰਾ ਕੀ ਕਰਨਾ ਸੀ? ਪੰਜਾਬ ਦੇ ਵਿੱਚੋਂ ਜਿਹੜਾ GST ਉਗਰਾਹਿਆ ਜਾ ਰਿਹਾ, ਵਿੱਤ ਮੰਤਰੀ ਪਿੱਟ ਪਿੱਟ ਕੇ ਮਰ ਗਿਆ ਕਿ ਸਾਡਾ ਹਿੱਸਾ ਸਾਨੂੰ ਦੇ ਦਿਓ। ਕਈ ਕਈ ਮਹੀਨੇ ਉਸ ਹਿੱਸੇ ਨੂੰ ਰੋਕਿਆ ਜਾਂਦਾ, ਬਣਦਾ ਪੈਸਾ ਦਿੱਤਾ ਨਹੀਂ ਜਾਂਦਾ, ਤੇ ਉਹਦਾ ਨਤੀਜਾ ਕੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੀ ਪ੍ਰੋਬਲਮ ਹੋਈ ਪਈ ਹੈ। ਇਹ ਹਾਲ ਹੈ ਜੀ GST ਦਾ। ਉਹ ਤੋਂ ਅਗਲਾ ਸਟੈਪ ਇਹ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਅਚਨਚੇਤ ਐਲਾਨ ਕਰਤਾ ਕਿ ਜੀ ਦੇਸ਼ ਦੇ ਵਿੱਚ ਜਿਹੜੀ ਹੈਗੀ ਹੈ ਵੱਡੀ ਕਰੰਸੀ 500 ਤੇ 1,000 ਰੁਪਏ ਦੇ ਨੋਟ ਹੈ ਜਿਹੜੇ ਉਹ ਬੰਦ ਕੀਤੇ ਜਾਂਦੇ। ਤੇ ਤੁਸੀਂ ਯਾਦ ਕਰੋ ਉਹ ਟਾਈਮ, ਉਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਨੇਸ਼ਨ ਨੂੰ ਸੰਬੋਧਨ ਹੁੰਦਿਆਂ ਜੀ, ਕੌਮ ਨੂੰ ਐਡਰੈਸ ਕਰਦਿਆਂ ਇੱਕ ਗੱਲ ਕਹੀ ਸੀ ਜੀ। ਕੀ ਕਹੀ ਸੀ? ਕਿ ਸਾਡਾ ਜਿਹੜਾ ਇਹ ਸਟੈਪ ਹੈ ਇਹਦੇ ਨਾਲ ਅਸੀਂ 3 ਚੀਜ਼ਾਂ ਕਰਨੀਆਂ ਜੀ। ਇੱਕ ਤਾਂ ਇਹ ਕਿ ਜਿਹੜੀ
ਨਕਲੀ ਕਰੰਸੀ ਹੈ ਉਹ ਬੰਦ ਕਰਨੀ ਹੈ। ਜੀ ਨਕਲੀ ਕਰੰਸੀ ਜਦੋਂ ਬੰਦ ਹੋ ਗਈ ਤਾਂ ਉਹਦੀ ਬਦੌਲਤ ਅੱਤਵਾਦ ਖਤਮ ਹੋ ਜਾਣਾ। ਜੀ ਅੱਤਵਾਦ ਚਾਹੇ ਜਿਹੜਾ ਹੈਗਾ ਤੁਹਾਡਾ ਕਬਾਇਲੀ ਇਲਾਕਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਹੋਵੇ ਉਹ ਹੋ ਜਾਣਾ ਮਾਓਵਾਦੀ ਅੱਤਵਾਦ, ਤੇ ਚਾਹੇ ਜਿਹੜਾ ਹੈਗਾ ਕਸ਼ਮੀਰ ਦੇ ਵਿੱਚ ਪਾਕਿਸਤਾਨ ਵੱਲੋਂ ਠੋਸਿਆ ਹੋਇਆ ਅੱਤਵਾਦ, ਇਹ ਬੰਦ ਹੋ ਜਾਣਾ। ਹੁਣ ਤੁਸੀਂ ਆਪ ਹੀ ਦੇਖ ਲਓ, ਮਾਓਵਾਦ ਵਾਲਾ ਆਪਾਂ ਛੱਡ ਦਈਏ, ਕਸ਼ਮੀਰ ਵਾਲਾ ਅੱਤਵਾਦ ਕਿੰਨਾ ਖਤਮ ਹੋ ਗਿਆ। ਜੀ ਕਸ਼ਮੀਰ ਦੀ ਸਥਿਤੀ ਇਹ ਹੋ ਗਈ ਕਿ ਜਿਹੜੀ ਹੈਗੀ ਹੈ 90ਵੇਂ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਦੀ ਸਥਿਤੀ ਇੰਨੀ ਵਿਗੜੀ ਹੋਈ ਹੈ। ਤੁਸੀਂ ਉਹ ਟਾਈਮ ਯਾਦ ਕਰੋ ਜਦੋਂ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਉਹ ਬੱਸ ਲੈ ਕੇ ਬੱਸ ਦੀ ਯਾਤਰਾ ਕਰਕੇ ਲਾਹੌਰ ਗਏ ਸੀ। ਜੀ ਔਰ ਉਸ ਵੇਲੇ ਸਾਡੇ ਦੇ ਉੱਤੇ ਜਿਹੜੀ ਸੁੱਟੀ ਗਈ ਸੀ ਕਾਰਗਿਲ ਦੀ ਜੰਗ, ਕਾਰਗਿਲ ਦੀ ਜੰਗ ਦੇ ਦੌਰਾਨ ਵੀ ਕਸ਼ਮੀਰ ਦੀ ਹਾਲਤ ਇੰਨੀ ਮਾੜੀ ਨਹੀਂ ਸੀ ਜਿੰਨੀ ਅੱਜ ਮਾੜੀ ਹੋਈ ਹੈ। ਜੀ ਤਾਂ ਸਾਡੇ GST ਦਾ ਉਹਦੇ ਤੇ ਕੀ ਕੀ ਜਿਹੜਾ ਹੈਗਾ GST ਨਾਲ ਕੀ ਅੱਤਵਾਦ ਖਤਮ ਹੋ ਗਿਆ। ਜੀ ਸਗੋਂ 42-42 ਬੰਦੇ ਸਾਡੇ ਇੱਕ ਇੱਕ ਦਿਨ ਦੇ ਵਿੱਚ ਦੀ ਇੱਕ ਇੱਕ ਐਕਸ਼ਨ ਦੇ ਵਿੱਚ ਮਾਰੇ ਜਾਂਦੇ ਹੈ। ਜੀ ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਦੂਜੀ ਗੱਲ, ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇਹਦੇ ਨਾਲ ਅਸੀਂ ਸਾਰਾ ਕਾਲਾ ਧਨ ਕਢਵਾ ਲਾਂਗੇ। ਜੀ ਹੁਣ ਕਾਲਾ ਧਨ ਕਿੰਨਾ ਕੁ ਨਿਕਲ ਗਿਆ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਕਿਉਂਕਿ ਕਾਲਾ ਧਨ ਸਾਰੇ ਦਾ ਸਾਰਾ ਜਿਹੜਾ ਹੈਗਾ, ਜਿੰਨੀ ਕਰੰਸੀ ਅਸੀਂ ਬੰਦ ਕੀਤੀ ਸੀ ਲਗਭਗ ਉਹਦੇ ਬਰਾਬਰ ਦੀ ਕਰੰਸੀ ਹੀ ਉਹ ਸਾਰੀ ਜਮ੍ਹਾਂ ਹੋ ਗਈ। ਜੀ ਜਮ੍ਹਾਂ ਜਿੰਨਾ ਬੈਂਕਾਂ ਦੇ ਰਾਹੀਂ ਹੋਈ, ਉਹ ਬੈਂਕਾਂ ਜ਼ਿਆਦਾਤਰ ਜਿਹੜੀਆਂ ਕੋਆਪਰੇਟਿਵ ਬੈਂਕ ਹੈ ਜੀ ਗੁਜਰਾਤ ਦੀਆਂ। ਜੀ ਇੱਕ ਬੈਂਕ ਤਾਂ ਉਹ ਹੈ ਜਿਸ ਬੈਂਕ ਦੇ ਪ੍ਰਧਾਨ ਖੁਦ ਅਮਿਤ ਸ਼ਾਹ ਹੋ ਰਹੀ ਹੈ। ਜੀ ਔਰ ਉਹਦੇ ਵਿੱਚ ਇਲਜ਼ਾਮ ਇਹ ਲੱਗ ਰਿਹਾ ਹੈ ਕਿ ਕਾਲੇ ਧਨ ਨੂੰ ਜਿਹੜਾ ਹੈਗਾ ਉਹ ਚਿੱਟਾ ਕਰਕੇ ਉਹ ਤਾਂ ਗੱਲ ਉੱਥੇ ਦੀ ਉੱਥੇ ਹੋ ਗਈ। ਜੀ ਸੋ GST ਵਾਲਾ ਮਾਮਲਾ ਵੀ ਸਾਡਾ ਉੱਥੇ ਦਾ ਉੱਥੇ ਰਹਿ ਗਿਆ। ਉਹ ਕਿਹੜਾ ਜਿਹੜਾ ਹੈਗਾ ਵਾਅਦਾ ਹੈ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਸੀ ਤੇ ਉਹਦੇ ਤੇ ਪੂਰਾ ਹੋਇਆ। ਜਿੱਥੋਂ ਤੱਕ ਕਿਸਾਨੀ ਦੀ ਹਾਲਤ ਹੈ ਬਦ ਤੋਂ ਬਦਤਰ ਹੋ ਗਈ। ਜੀ ਕਿਸਾਨੀ ਨਾਲ ਇਹ ਪ੍ਰੋਮਿਸ ਕੀਤਾ ਸੀ ਕਿ ਜੇ ਸਾਡੀ ਸਰਕਾਰ ਤਾਕਤ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਾਂਗੇ। ਜੀ ਸਵਾਮੀਨਾਥਨ ਦੀ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਿਹਨੇ ਕਰਨਾ ਸੀ? ਜੀ ਇੱਕ ਆਰਗੇਨਾਈਜੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ ਕਿ ਜੀ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ। ਜੀ ਭਾਰਤ ਸਰਕਾਰ ਜਾ ਕੇ ਸੁਪਰੀਮ ਕੋਰਟ ਚ ਹਲਫਨਾਮਾ ਦਾਇਰ ਕਰ ਰਹੀ ਹੈ ਜੀ ਕਿ ਜੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਸਕਦੇ ਕਿਉਂਕਿ ਜੇ ਇਹ ਰਿਪੋਰਟ ਲਾਗੂ ਹੋਗੀ ਤਾਂ ਇਹਦੇ ਨਾਲ ਭਾਰਤ ਦੀ ਆਰਥਿਕਤਾ ਜਿਹੜੀ ਆ ਉਹ ਬਰਬਾਦ ਹੋ ਜੂਗੀ। ਜੀ ਹੁਣ ਇੱਧਰ ਦਾ ਭਾਰਤ ਦੀ ਆਰਥਿਕਤਾ ਬਰਬਾਦ ਹੋ ਜੂਗੀ, ਚਾਹੇ ਉਹ ਵਿਜੇ ਮਾਲਿਆ ਹੋਵੇ, ਚਾਹੇ ਉਹ ਨੀਰਵ ਮੋਦੀ ਹੋਵੇ, ਚਾਹੇ ਉਹ ਮੇਹੁਲ ਚੌਕਸੀ ਹੋਵੇ, ਉਹ ਲੋਕ ਭਾਰਤ ਦਾ ਪੈਸਾ ਲੁੱਟ ਕੇ ਵਿਦੇਸ਼ਾਂ ਚ ਚਲੇ ਗਏ। ਬੈਂਕਾਂ ਜਿਹੜੀਆਂ ਹੈਗੀਆਂ ਉਹ ਘਾਟੇ ਚ ਜਾ ਰਹੀਆਂ। ਜੀ ਬੈਂਕਾਂ ਦਾ ਘਾਟਾ ਪੂਰਾ ਕਰਨ ਵਾਸਤੇ ਵਿੱਤ ਮੰਤਰੀ ਵਾਰ ਵਾਰ ਡਾਂਗ ਚੱਕ ਕੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਮਗਰ ਤੁਰਿਆ ਫਿਰਦਾ ਕਿ ਤੁਹਾਡੇ ਕੋਲੇ ਜਿਹੜਾ ਰਿਜ਼ਰਵ ਪੈਸਾ ਪਿਆ ਸਾਨੂੰ ਦਿਓ, ਅਸੀਂ ਬੈਂਕਾਂ ਦਾ ਘਾਟਾ ਦੂਰ ਕਰਨਾ ਹੈ। ਜੇ ਬੈਂਕਾਂ ਦਾ ਘਾਟਾ ਦੂਰ ਕਰਨਾ ਹੈ ਤਾਂ ਕਿਸਾਨੀ ਦਾ ਤੁਸੀਂ ਘਰ ਪੂਰਾ ਕਿਉਂ ਨੀ ਕਰ ਰਹੇ? ਸੋ ਇਹਨਾਂ ਹਾਲਤਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਬੇਚੈਨੀ ਬਹੁਤ ਜ਼ਿਆਦਾ ਵਧੀ ਹੋਈ ਹੈ ਔਰ ਉਸ ਬੇਚੈਨੀ ਦਾ ਪ੍ਰਗਟਾਵਾ ਜਿਹੜਾ ਉਹ ਕਿੱਥੇ ਹੁੰਦਾ ਜੀ? 5 ਰਾਜਾਂ ਦੀਆਂ ਚੋਣਾਂ ਹੋਈਆਂ ਪਿਛਲੇ ਸਮੇਂ ਚ, ਸਹੀ 5 ਰਾਜਾਂ ਦੇ ਵਿੱਚੋਂ 2 ਰਾਜਾਂ ਦੇ ਵਿੱਚ ਤਾਂ ਰੀਜਨਲ ਪਾਰਟੀਆਂ ਆ ਗਈਆਂ, 3 ਰਾਜਾਂ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਹਕੂਮਤਾਂ ਸੀ ਉਹਨਾਂ ਹਕੂਮਤਾਂ ਦਾ ਤਖਤਾ ਮੂਹਦਾ ਬਚ ਗਿਆ ਔਰ ਉੱਥੇ ਆਈ ਕੌਣ? ਉੱਥੇ ਕਾਂਗਰਸ ਪਾਰਟੀ ਆਈ, ਜਿਹੜੀ ਕਾਂਗਰਸ ਪਾਰਟੀ ਨੂੰ ਇਹ ਕਹਿਤਾ ਸੀ ਕਿ ਕਾਂਗਰਸ ਪਾਰਟੀ ਖਤਮ ਹੋ ਗਈ ਦੇਸ਼ ਦੇ ਵਿੱਚੋਂ। ਔਰ ਇਹਦੇ ਚ ਜ਼ਿਆਦਾਤਰ ਜੇ ਆਪਾਂ ਦੇਖੀਏ ਇਹਨਾਂ ਨੂੰ ਕਿਹੜੇ ਤਬਕਿਆਂ ਦੀ ਵੋਟ ਪਈ ਹੈ? ਇਹਦੇ ਵਿੱਚ ਛੋਟੇ ਕਾਰੋਬਾਰੀ ਦੀ ਵੋਟ ਪਈ ਹੈ, ਕਿਸਾਨ ਦੀ ਵੋਟ ਪਈ ਹੈ, ਇਹਦੇ ਵਿੱਚ ਮਿਨੋਰਟੀ ਕਮਿਊਨਿਟੀ ਦੀ ਪਈ ਹੈ ਔਰ ਇਹਦੇ ਵਿੱਚ ਵਰਕਿੰਗ ਕਲਾਸ ਦੀ ਵੋਟ ਉਹਨਾਂ ਨੂੰ ਪਈ ਹੈ। ਇਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਦੇਖਿਆ ਕਿ ਹੁਣ ਇਹ ਮਾਮਲਾ ਸਾਡਾ ਖਤਮ ਹੋ ਚੁੱਕਿਆ। ਨਾਲ ਦੀ ਨਾਲ ਹੀ ਇਹਨਾਂ ਨੇ ਇੱਕ ਨਵਾਂ ਸ਼ੋਸ਼ਾ ਛੱਡਿਆ ਅਯੁੱਧਿਆ ਵਾਲਾ ਕਿ ਮੰਦਰ ਬਹੀਂ ਬਣਾਵੇ ਗਏ। 5 ਸਾਲ ਸਰਕਾਰ ਪੌਣੇ 5 ਸਾਲ ਤਾਂ ਆਰਾਮ ਨਾਲ ਪਈ ਰਹੀ ਹੈ, ਸੁੱਤੀ ਰਹੀ ਹੈ, ਉਦੋਂ ਸਰਕਾਰ ਨੇ ਕੁਛ ਕੀਤਾ ਨੀ, ਫਿਰ ਇੱਕਦਮ ਮੰਦਰ ਦੀ ਮੂਵਮੈਂਟ ਸ਼ੁਰੂ ਕਰਤੀ। ਮੰਦਰ ਦੀ ਮੂਵਮੈਂਟ ਨੂੰ ਇਹ ਸਿਖਰ ਤੇ ਲੈ ਗਏ, ਸਿਖਰ ਤੇ ਲਿਜਾਣ ਦੇ ਬਾਵਜੂਦ ਵੀ ਉਸ ਫਾਰਮੂਲੇ ਨੇ ਕੰਮ ਨੀ ਕੀਤਾ, ਫਿਰ 3 ਜਿਹੜੀਆਂ ਹੈਗਾ 5 ਰਾਜਾਂ ਦੇ ਵਿੱਚ BJP ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਇਹਨਾਂ ਨੇ ਦੇਖਿਆ ਵੀ ਕੰਮ ਇਹ ਵੀ ਠੀਕ ਨਹੀਂ ਆਉਂਦਾ। ਔਰ ਤੁਸੀਂ ਧਿਆਨ ਨਾਲ ਦੇਖੋ, ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ RSS ਦੋਨਾਂ ਦੀ ਇਹ ਸਟੇਟਮੈਂਟ ਆ ਗਈਆਂ ਕਿ ਅਸੀਂ ਹਾਲ ਦੀ ਘੜੀ ਮੰਦਰ ਦੇ ਮੁੱਦੇ ਨੂੰ ਮੁਲਤਵੀ ਕਰਦੇ ਹਾਂ। ਪਹਿਲਾਂ ਸੁਪਰੀਮ ਕੋਰਟ ਨੂੰ ਵੀ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀ ਸਾਧੂਆਂ ਸੰਤਾਂ ਵੱਲੋਂ, ਉਹਨਾਂ ਨੂੰ ਮੂਹਰੇ ਲੈ ਕੇ ਸੁਪਰੀਮ ਕੋਰਟ ਦੀ ਨੁਕਤਾਚੀਨੀ ਕਰਵਾਈ ਜਾ ਰਹੀ ਸੀ ਕਿ ਸੁਪਰੀਮ ਕੋਰਟ ਇਸ ਕੇਸ ਨੂੰ ਲਮਕਾ ਕਿਉਂ ਰਹੀ ਹੈ। ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਉੱਤੇ ਵੀ ਇਸ ਕਿਸਮ ਦੇ ਦੋਸ਼ ਲਾਉਣੇ ਸ਼ੁਰੂ ਕਰਤੇ ਸੀ ਕਿ ਅਫਸਲ ਗੁਰੂ ਦੀ ਫਾਂਸੀ ਦਾ ਫੈਸਲਾ ਕਰਨ ਵਾਸਤੇ ਤਾਂ ਸੁਪਰੀਮ ਕੋਰਟ ਰਾਤ ਨੂੰ ਵੀ ਖੁੱਲੀ ਜਾਂਦੀ ਹੈ, ਲੇਕਿਨ ਮੰਦਰ ਦੇ ਮੁੱਦੇ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ।
ਇਹ ਸਾਰੀਆਂ ਗੱਲਾਂ ਕਰਕੇ ਤੇ ਹੁਣ ਫਿਰ ਇੱਕਦਮ ਮੈਂ ਉੱਥੇ ਫਿਰ ਆਉਣਾ ਕਿ ਆਹ ਰਾਸ਼ਟਰਵਾਦ ਵਾਲਾ ਜਿਹੜਾ ਫਿਰ ਜਿਹੜਾ ਟੀਵੀ ਚੈਨਲਾਂ ਦੇ ਉੱਤੇ ਐਡਾ ਵੱਡਾ ਇਹਨਾਂ ਨੇ ਸ਼ੁਰੂ ਕੀਤਾ, ਇਹ ਰਾਸ਼ਟਰਵਾਦ ਵਾਲਾ ਜਿਹੜਾ ਹੈਗਾ ਰਾਗ ਅਲਾਪਣਾ ਕਿਉਂ ਸ਼ੁਰੂ ਕੀਤਾ? ਇਹਦੇ 'ਚ ਇਹ ਇਸ ਲਈ ਕੀਤਾ ਕਿ ਸਾਰੇ ਦੇਸ਼ ਨੂੰ, ਕਿਉਂਕਿ ਆਪਾਂ ਭਾਰਤ ਕਿਹੋ ਜਿਹਾ ਦੇਸ਼ ਹੈ ਜਿਹਦੇ ਵਿੱਚ ਵੱਖ ਵੱਖ ਧਰਮਾਂ ਦੇ, ਵੱਖ ਵੱਖ ਜਾਤਾਂ ਦੇ, ਗੋਤਾਂ ਦੇ ਲੋਕ ਜਿਹੜੇ ਆ ਉਹ ਰਹਿੰਦੇ, ਰੀਜਨਲ ਮਤਲਬ ਆਪਾਂ ਕਹਿ ਸਕਦੇ ਕਿ ਵੱਖ ਵੱਖ ਰੀਜਨਾਂ ਦਾ, ਵੱਖ ਵੱਖ ਖੇਤਰਾਂ ਦਾ ਇਹ ਦੇਸ਼ ਹੈ, ਵੱਖ ਵੱਖ ਖੇਤਰਾਂ ਨੇ ਮਿਲ ਕੇ ਇੱਕ ਭਾਰਤ ਦੇਸ਼ ਬਣਾਇਆ ਹੋਇਆ। ਪਰ ਇਹਦੇ ਬਾਵਜੂਦ ਵੀ ਜੇ ਆਪਾਂ ਦੇਖੀਏ ਤਾਂ ਇੱਥੇ ਜਿਹੜਾ ਵੱਡਾ ਭਾਈਚਾਰਾ ਹੈ ਉਹ ਜਿਸ ਧਰਮ ਨੂੰ ਮੰਨਣ ਵਾਲਾ, ਉਹਨੂੰ ਅਸੀਂ ਹਿੰਦੂ ਧਰਮ ਕਹਿੰਦੇ ਜਾਂ ਹਿੰਦੂ ਤਬਕਾ ਕਹਿ ਦਿੰਦੇ। ਸੋ ਪੋਲਰਾਈਜ਼ ਕਰਨ ਵਾਸਤੇ ਕਿ ਹਿੰਦੂ ਤਬਕੇ ਦੇ ਅੰਦਰ ਇੱਕ ਰਾਸ਼ਟਰਵਾਦ ਦੀ ਭਾਵਨਾ ਪੈਦਾ ਕੀਤੀ ਜਾਵੇ ਔਰ ਉਸ ਰਾਸ਼ਟਰਵਾਦ ਦੇ ਜ਼ਰੀਏ ਉਹਨਾਂ ਨੂੰ ਸਾਰਿਆਂ ਨੂੰ ਲਾਮਬੰਦ ਕੀਤਾ ਜਾਵੇ, ਜਿਹੜੀ ਫਿਰਕੂ ਕਤਾਰਬੰਦੀ ਕੀਤੀ ਜਾਵੇ ਜੀ, ਔਰ ਜਿਹੜੇ ਉਹ 60-70% ਆ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਮਗਰ ਲਾਮਬੰਦ ਕੀਤਾ ਜਾਵੇ। ਜੋ ਭਾਰਤ ਦੀਆਂ ਸਮੱਸਿਆਵਾਂ ਜੀ, ਉਹਨਾਂ ਸਮੱਸਿਆਵਾਂ ਲਈ ਸਿਰਫ ਤੇ ਸਿਰਫ ਦੋ ਜਿਹੜੇ ਹੈਗੇ ਆ ਬਿੰਦੂ ਹੈ ਉਹਨਾਂ ਨੂੰ ਕੇਂਦਰਿਤ ਕੀਤਾ ਜਾਵੇ ਕਿ ਇੱਕ ਤਾਂ ਭਾਰਤ ਦੀ ਸਮੱਸਿਆ ਇਸ ਕਰਕੇ ਕਿ ਇਸ ਦੇਸ਼ ਦੇ ਵਿੱਚ ਮੁਸਲਮਾਨ ਹੈ ਜਿਹੜੇ ਜੀ, ਉਹ ਭਾਰਤੀ ਤਹਿਜੀਬ ਦੇ ਮੁਤਾਬਕ ਨਹੀਂ ਰਹਿੰਦੇ, ਉਹ ਰਹਿੰਦੇ ਭਾਰਤ ਦੇ ਵਿੱਚ, ਇਹ ਗੱਲ ਉਹ ਪਾਕਿਸਤਾਨ ਦੀ ਕਰਦੇ ਹੈ। ਤੇ ਦੂਜੀ ਗੱਲ ਇਹ ਕਿ ਜਿਹੜੀ ਭਾਰਤ ਦੀ ਸਾਰੀ ਦੀ ਸਾਰੀ ਸਮੱਸਿਆ ਹੈ, ਇਸ ਸਮੱਸਿਆ ਦਾ ਜਿਹੜਾ ਵੱਡਾ ਕਾਰਨ ਹੈ ਉਹ ਪਾਕਿਸਤਾਨ ਹੈ, ਤੇ ਪਾਕਿਸਤਾਨ ਦੇ ਖਿਲਾਫ਼ ਇੱਕ ਭਾਵਨਾ ਬਣਾਈ ਜਾਵੇ, ਉਸ ਭਾਵਨਾ ਦੇ ਆਧਾਰ ਦੇ ਉੱਤੇ ਫਿਰ ਵੋਟਾਂ ਹਾਸਲ ਕੀਤੀਆਂ ਜਾਣ। ਇਹੀ ਕਾਰਨ ਹੈ ਕਿ ਪਾਈਆ ਪਾਈਆ ਦੀਆਂ ਬੀਬੀਆਂ ਜਿਹੜੀਆਂ ਹੈਗੀਆਂ ਐਂਕਰ, ਉਹ ਬੁੜਕ ਬੁੜਕ ਕੇ ਇਉਂ ਇੱਕ ਉਹਨਾਂ ਨੇ ਅਨੁਵਾਦ ਆਪਣਾ ਕਰ ਮਾਹੌਲ ਪੈਦਾ ਕਰਤਾ ਕਿ ਜੰਗ 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 ਜੀ। ਇਹ ਜੰਗ ਜੰਗ ਦੀ ਕਾਰਵਾਈ ਦੇ ਵਿੱਚੋਂ ਜਿਹੜੇ ਪੀਸਫੁਲ ਅਮਨ ਪਸੰਦ ਲੋਕ ਹੈ ਜੀ, ਅਮਨ ਪਸੰਦ ਲੋਕਾਂ ਨੂੰ ਇਹਦੇ ਤੋਂ ਕਾਫੀ ਜਿਹੜਾ ਹੈਗਾ ਜਿਹੜਾ ਟੱਕਾ ਲੱਗਾ ਜੀ, ਕਿਉਂਕਿ ਜੰਗ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ। ਤੇ ਅਗਲੀ ਗੱਲ ਇਹ ਕਰਨਾ ਕਿ ਇਹਦੇ ਵਾਸਤੇ ਤਿਆਰੀ ਕਿੰਨੀ ਵੱਡੀ ਕੀਤੀ ਗਈ ਜੀ। ਤੁਸੀਂ ਇਹ ਦੇਖੋ ਕਿ ਪਹਿਲਾਂ ਭਾਰਤ ਦੇ ਵਿੱਚ ਇਹ ਮਾਹੌਲ ਬਣਾਇਆ ਗਿਆ, ਫਿਰ ਅਮਰੀਕਾ ਦਾ ਰਾਸ਼ਟਰਪਤੀ ਇਹ ਗੱਲ ਕਹਿੰਦਾ ਹੈ ਕਿ ਭਾਰਤ ਪਾਕਿਸਤਾਨ ਦੇ ਖਿਲਾਫ਼ ਵੱਡੀ ਕਾਰਵਾਈ ਕਰਨ ਲਈ ਤਿਆਰ ਹੈ ਜੀ। ਉਹ ਕਹਿੰਦਾ ਕਿ ਵੱਡੀ ਕਾਰਵਾਈ ਲਈ ਤਿਆਰ ਹੈ, ਤੇ ਕੁਛ ਦਿਨਾਂ ਬਾਅਦ ਹੀ ਫਿਰ ਉਹ ਵੱਡੀ ਕਾਰਵਾਈ ਹੋ ਜਾਂਦੀ ਹੈ। ਭਾਰਤ ਦੇ ਜਹਾਜ਼ ਆ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਜਾਂਦੇ ਤੇ ਜਾ ਕੇ ਟਾਰਗੇਟ ਕਰਦੇ ਜੀ। ਹੁਣ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਜਿਹੜਾ ਅਗਲੀ ਗੱਲ ਹੋ ਰਹੀ ਹੈ, ਜਿਵੇਂ ਤੁਸੀਂ ਗੱਲ ਕਹੀ ਹੈ ਕਿ ਹੁਣ ਇੱਥੇ ਅਸਤੀਫਾ ਨਹੀਂ ਮੰਗਿਆ ਜਾਂਦਾ ਜੀ, ਹੁਣ ਇੱਥੇ ਇਹ ਹੈ ਕਿ ਇਹ ਜੋ ਕੁਛ ਹੋ ਰਿਹਾ ਜੀ, 56 ਇੰਚ ਦੀ ਛਾਤੀ ਵਾਲਾ ਜਿਹੜਾ ਸ਼ਖਸ ਹੈ ਨਾ ਜੀ, ਇਹਦੇ ਹੱਥ ਹੀ ਭਾਰਤ ਦੀ ਜਿਹੜੀ ਹੈਗੀ ਹੈ ਸਾਰੀ ਦੀ ਸਾਰੀ ਸਿਕਿਉਰਿਟੀ ਹੈ। ਇਸ ਲਈ 4 ਸਾਲ ਤੇ 10 ਮਹੀਨੇ ਦਾ ਜਿਹੜੇ ਟੱਪ ਗਏ ਟੱਪ ਗਏ, ਜਿਹੜੇ ਉਹਨੇ ਉੱਥੇ ਵਾਅਦੇ ਕੀਤੇ ਸੀ ਉਹਨਾਂ ਵਾਅਦੇ ਨੂੰ ਤਾਂ ਮਰੋ ਗੋਲੀ ਤਾਂ ਕੋਈ ਪੂਰੇ ਹੋ ਨਹੀਂ ਸਕਦੇ ਜੀ। ਤੇ ਹੁਣ ਦੇਸ਼ ਦੀ ਸੁਰੱਖਿਆ ਦੇ ਨਾਂ ਦੇ ਉੱਤੇ ਤੁਸੀਂ ਸਾਰੇ ਤੇ ਸਾਰੇ ਇਹਦੇ ਪਿੱਛੇ ਲਾਮਬੰਦ ਹੋ ਜਾਓ। ਜੇ ਕੋਈ ਲੋਕ, ਜੇ ਕੋਈ ਬੰਦਾ ਇਹ ਕਹਿੰਦਾ ਕਿ ਜੀ ਮੈਨੂੰ ਇਸ ਗੱਲ ਦਾ ਸਵਾਲ ਦਾ ਮੈਨੂੰ ਜਵਾਬ ਚਾਹੀਦਾ, ਤੇ ਉਹਨੂੰ ਨਾਲ ਦੀ ਨਾਲ ਤੁਸੀਂ ਕਹਿ ਦੋ ਵੀ ਤੈਨੂੰ ਜਵਾਬ ਕਦੋਂ ਚਾਹੀਦਾ, ਕੀ ਤੈਨੂੰ ਦੇਸ਼ ਦੀ ਏਅਰਫੋਰਸ ਦੇ ਉੱਤੇ, ਦੇਸ਼ ਦੀ ਫੌਜ ਦੇ ਉੱਤੇ ਕੋਈ ਸ਼ੱਕ ਹੈ? ਹੁਣ ਤੁਸੀਂ ਦੇਖੋ ਮਿਸਾਲ ਦੇ ਤੌਰ ਤੇ ਜਦੋਂ ਕਹਿੰਦਾ 350 ਬੰਦਾ ਮਰ ਗਿਆ, 350 ਬੰਦੇ ਦਾ ਕਿਸੇ ਨੇ ਕੋਈ ਜ਼ਿਕਰ ਨਹੀਂ ਕੀਤਾ, ਕੌਮਾਂਤਰੀ ਮੀਡੀਆ ਕਹਿੰਦਾ ਕਿ ਬੰਦਾ ਮਰਿਆ ਕੋਈ ਨੀ ਜੀ। ਚਲੋ ਬਾਕੀ ਮੀਡੀਆ ਕਹੀ ਜਾਵੇ, ਹੱਦ ਉਦੋਂ ਹੋ ਗਈ ਜਦੋਂ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਾ, ਔਰ ਉਸ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਉਹ ਕਲੇਮ ਕਰਦਾ ਕਿ ਜੀ ਉੱਥੇ 250 ਬੰਦਾ ਮਾਰਿਆ ਗਿਆ, 250 ਦਹਿਸ਼ਤਗਰਦ ਮਾਰੇ ਗਏ। ਤਾਂ ਕੁਦਰਤੀ ਤੌਰ ਤੇ ਆਪੋਜੀਸ਼ਨ ਨੇ ਫਿਰ ਸਵਾਲ ਪੁੱਛਣੇ ਸ਼ੁਰੂ ਕਰਤੇ ਕਿ ਇਹ ਦੱਸੋ ਜੀ 250 ਬੰਦੇ ਮਰੇ ਕੀ, ਕਿੱਥੇ ਮਰੇ ਆ, ਤੁਹਾਡੇ ਕੋਲ ਸਬੂਤ ਕੀ ਹੈ? ਜਦੋਂ ਇਹ ਗੱਲ 250 ਬੰਦੇ ਮਰਨ ਦੀ ਗੱਲ ਕਹਿ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ, ਜਿਹੜੀ ਰਾਜ ਕਰਦੀ ਪਾਰਟੀ ਹੈ ਜਿਹਦੇ ਬਾਰੇ ਇਹ ਸਮਝਿਆ ਜਾਂਦਾ ਕਿ ਦੇਸ਼ ਦੇ ਵਿੱਚ 250 ਬੰਦੇ ਰਾਜ ਕਰਦੇ ਹੈ, ਇੱਕ ਨਰਿੰਦਰ ਮੋਦੀ, ਅੱਧਾ ਬੰਦਾ ਅਰੁਣ ਜੇਤਲੀ ਤੇ ਜਿਹੜਾ ਦੂਜਾ ਪੂਰਾ ਬੰਦਾ ਉਹ ਅਮਿਤ ਸ਼ਾਹ ਹੈ। ਜੇ 250 ਦੇ ਵਿੱਚੋਂ ਇੱਕ ਬੰਦਾ ਇਹ ਗੱਲ ਕਹਿੰਦਾ ਕਿ 250 ਬੰਦਾ ਮਾਰਤਾ ਤਾਂ ਉਹ ਜਿਹੜੇ ਮਾਰੇ ਗਏ ਹੈ ਤਾਂ ਕੁਦਰਤੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਤੋਂ ਦੇਸ਼ ਦੇ ਲੋਕ ਸਵਾਲ ਪੁੱਛਣਗੇ ਕਿ ਸ਼੍ਰੀਮਾਨ ਜੀ ਆਹ ਗੱਲ ਦੱਸੋ। ਕੁੱਝ ਅਖਬਾਰਾਂ ਵਾਲਿਆਂ ਨੇ, ਕੁੱਝ ਟੀਵੀ ਚੈਨਲਾਂ ਵਾਲਿਆਂ ਨੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਇਹ ਪੁੱਛਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਨਾਲ ਦੀ ਨਾਲ ਹੀ ਇਹ ਕਿਹਾ ਤੁਹਾਨੂੰ ਦੇਸ਼ ਦੀ ਫੌਜ ਦੇ ਉੱਤੇ ਸ਼ੱਕ ਹੈ ਜੀ, ਤੁਸੀਂ ਦੇਸ਼ ਦੀ ਫੌਜ ਦੀ ਸਮਰੱਥਾ ਦੇ ਉੱਤੇ ਸ਼ੱਕ ਪ੍ਰਗਟ ਕਰਦੇ ਹੋ ਜੀ, ਤੁਸੀਂ ਫੌਜ ਨੂੰ ਇੰਨੀ ਨਿਕੰਮੀ ਸਮਝਦੇ ਹੋ ਉਹਦੇ ਹਿਸਾਬ ਦੇ ਨਾਲ ਕਿ ਆਮ ਬੰਦਾ ਜਿਹੜਾ ਸਵਾਲ ਪੁੱਛਣ ਵਾਲਾ ਨੂੰ ਫੌਜ ਦਾ ਵਿਰੋਧੀ ਬਣਾ ਦਿੱਤਾ ਜਾਵੇ ਜੀ, ਤੇ ਫੌਜ ਦਾ ਵਿਰੋਧੀ ਬਣਾ ਕੇ ਨਾਲ ਦੀ ਨਾਲ ਹੀ ਉਹਨੂੰ ਰਾਸ਼ਟਰ ਵਿਰੋਧੀ ਵੀ ਕਰਾਰ ਦੇ ਦਿੱਤਾ ਜਾਵੇ। ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਚਲਾਇਆ ਕਿਉਂ? ਕਿਉਂਕਿ ਰਾਸ਼ਟਰਵਾਦ ਸਾਰੇ ਦਾ ਸਾਰਾ ਭਰਤੀ ਕਰਕੇ ਕਿ ਲੋਕ ਪੁਰਾਣੀਆਂ ਚੀਜ਼ਾਂ ਨੂੰ ਭੁੱਲ ਜਾਣ ਜੀ, ਉਹ ਪੁਰਾਣੀਆਂ ਚੀਜ਼ਾਂ ਨੂੰ ਭੁੱਲ ਕੇ ਤੇ ਇਸ ਪਾਸੇ ਨੂੰ ਆ ਜਾਣ। ਕਹਿੰਦੇ ਜੀ ਜੋ ਕੁਛ ਕੀਤਾ ਅਸੀਂ ਸਹੀ ਕੀਤਾ, ਜਿੰਨੇ ਵੀ ਲੀਡਰ ਹੈ ਚਾਹੇ ਉਹ ਦਿਗਵਿਜੇ ਸਿੰਘ ਹੈ, ਚਾਹੇ ਉਹ ਪੀ ਚਿਦੰਬਰਮ ਹੈ ਜੀ, ਚਾਹੇ ਉਹ ਬੀਬੀ ਮਮਤਾ ਬੈਨਰਜੀ ਹੈ, ਉਹਨਾਂ ਨੇ ਸਵਾਲ ਖੜੇ ਕੀਤੇ,
ਤੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਤਾ ਕਿ ਜੀ ਇਹ ਸਭ ਕੁਛ ਹੈਗੇ ਆ, ਇਹ ਦੋਸ਼ੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਪਣੀਆਂ ਤਕਰੀਰਾਂ 'ਚ ਸ਼ਰੇਆਮ ਕਹਿ ਰਹੇ ਹੈ ਕਿ ਜਿੱਦੇ ਦਾ ਅਸੀਂ ਬਾਲਾਕੋਟ ਐਕਸ਼ਨ ਕੀਤਾ ਉਸ ਦਿਨ ਦਾ ਮਿਲਾਵਟੀ ਜਿਹੜਾ ਹੈਗਾ ਗੱਠਜੋੜ, ਮਹਾਂਗਠਜੋੜ ਨੂੰ ਮਿਲਾਵਟੀ ਗੱਠਜੋੜ ਕਹਿ ਰਹੇ ਹੈ ਕਿ ਮਿਲਾਵਟੀ ਗੱਠਜੋੜ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਮੂੰਹ ਲਟਕੇ ਪਏ ਹੈ। ਪ੍ਰਧਾਨ ਮੰਤਰੀ ਸਾਹਿਬ ਲਾਸ਼ਾਂ ਦੇ ਉੱਤੇ ਸਿਆਸਤ ਕਰੀ ਜਾਣ, ਪ੍ਰਧਾਨ ਮੰਤਰੀ ਸਾਹਿਬ ਏਅਰਫੋਰਸ ਆਪਣੇ ਸਾਡੇ ਜਿਹੜੇ CRPF ਦੇ ਜਵਾਨ ਮਰੇ ਹੈ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਉਹ ਰੈਲੀਆਂ ਨੂੰ ਐਡਰੈਸ ਕਰੀ ਜਾਣ। ਤੁਸੀਂ ਦੇਖੋ ਕਿ ਜਿੱਦਣ ਇਹ ਬਾਲਾਕੋਟ ਵਾਲਾ ਮਾਮਲਾ ਹੁੰਦਾ ਹੈ ਉਸੇ ਦਿਨ ਪ੍ਰਧਾਨ ਮੰਤਰੀ ਸਾਹਿਬ ਜਾ ਕੇ ਚੂਰੂ ਦੇ ਵਿੱਚ ਇੱਕ ਰੈਲੀ ਨੂੰ ਐਡਰੈਸ ਕਰ ਰਹੇ ਹੈ ਤੇ ਨਾਲ ਉੱਥੇ ਕਹਿੰਦੇ ਆ ਮੈਂ ਇਸ ਦੇਸ਼ ਨੂੰ ਝੁਕਣ ਨਹੀਂ ਦੇਊਂਗਾ, ਇਹ ਦੇਸ਼ ਮੇਰੇ ਹੱਥਾਂ ਦੇ ਵਿੱਚ ਸੁਰੱਖਿਅਤ ਹੈ, ਤੁਹਾਡੀ ਸਰਕਾਰ ਦਾ ਕੰਮ ਚਲਾਊ, ਸਰਕਾਰ ਬਣਨ ਦੇ ਵਿੱਚ ਤਰੇ ਗਏ ਤੇਰੇ 2 ਹਫ਼ਤੇ ਰਹਿੰਦੇ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਇਹ ਕਲੇਮ ਕਰ ਰਹੇ ਹੈ। ਇੱਕ ਜੰਗ ਦਾ ਮਾਹੌਲ ਬਣਾ ਕੇ ਇਹ ਹੋ ਗਿਆ ਕਿ ਜੰਗ ਹੁਣ ਵੀ ਲੱਗੀ ਹੁਣ ਵੀ ਲੱਗੀ ਹੁਣ ਵੀ ਲੱਗੀ। ਇੱਥੇ ਬਸ ਨਹੀਂ, ਪਟਨਾ ਦੇ ਵਿੱਚ ਜਾਂਦੇ ਆ ਪ੍ਰਧਾਨ ਮੰਤਰੀ ਸਾਹਿਬ, ਪਟਨਾ ਦੇ ਵਿੱਚ ਰੈਲੀ ਕਰਦੇ ਹੈ, ਜਿਸ ਹਵਾਈ ਅੱਡੇ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਜਾ ਕੇ ਉਤਰਦੇ ਹੈ ਉਸੇ ਹਵਾਈ ਅੱਡੇ ਦੇ ਉੱਪਰ ਇੱਕ ਸਾਡੇ ਜਿਹੜੇ ਸ਼ਹੀਦ ਜਿਹੜੇ ਆਪਣਾ ਸਿਕਿਉਰਿਟੀ ਫੋਰਸ ਦੇ ਸਖਸ ਆਪਣੇ ਮੈਂਬਰ ਸੀ ਉਹ ਸ਼ਹੀਦ ਹੁੰਦੇ ਹੈ, ਤਿਰੰਗੇ ਦੇ ਵਿੱਚ ਲਪੇਟਿਆ ਹੋਇਆ ਉਹਨਾਂ ਦਾ ਤਬੂਤ ਆਉਂਦਾ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਜਾ ਕੇ ਜਿਸ ਰੈਲੀ ਨੂੰ ਸੰਬੋਧਨ ਕਰਦੇ ਹੈ ਉਸ ਰੈਲੀ ਦੇ ਮੰਚ ਦੇ ਉੱਤੇ ਹੌਟ ਡਾਂਸ ਹੋ ਰਹੇ ਹੈ। ਮੇਰਾ ਖਿਆਲ ਹੈ ਵੀ ਇੱਦੂ ਸ਼ਰਮਨਾਕ ਤਾਂ ਕੋਈ ਗੱਲ ਨਹੀਂ ਹੋ ਸਕਦੀ ਕਿ ਖੂਨ ਦੇ ਉੱਤੇ ਤੁਸੀਂ ਮਤਲਬ ਜਿਹੜਾ ਹੈਗਾ ਪੋਲੀਟਿਕਸ ਕਰੋ, ਲੋਕਾਂ ਦੇ ਸਿਰਿਆਂ ਦੇ ਉੱਤੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕੋ, ਇਹ ਭਾਰਤ ਦਾ ਮਾਹੌਲ ਹੈ। ਇਸੇ ਸਮੇਂ ਦੇ ਦੌਰਾਨ ਜੇ ਅਸੀਂ ਦੇਖੀਏ ਤਾਂ ਜਿੰਨੀ ਅਸੀਂ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ, ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਔਰ ਤਸੱਲੀ ਵੀ ਹੈ ਇਸ ਗੱਲ ਦੀ ਕਿ ਪਾਕਿਸਤਾਨ ਵਾਲੇ ਪਾਸਿਓਂ ਹਵਾ ਦਾ ਠੰਡਾ ਬੁਲਾ ਆਇਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਪਹਿਲਾਂ ਹਨੋਈ ਦੇ ਵਿੱਚ ਉੱਤਰੀ ਕੋਰੀਆ ਦਾ ਜਿਹੜਾ ਮੁਖੀ ਹੈ ਉਹਦੇ ਨਾਲ ਅਮੈਰੀਕਾ ਦੇ ਰਾਸ਼ਟਰਪਤੀ ਸਾਹਿਬ ਆਪਸੀ ਸੰਬੰਧਾਂ ਨੂੰ ਚੰਗੇ ਬਣਾਉਣ ਵਾਸਤੇ ਮੁਲਾਕਾਤ ਕਰਦੇ, ਭਾਵੇਂ ਉਹਨਾਂ ਦੇ ਆਪਸੀ ਸੰਬੰਧਾਂ ਦੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ, ਉਹਨਾਂ 'ਚ ਕੋਈ ਸੁਧਾਰ ਨਹੀਂ ਹੋਇਆ। ਇਹਦੇ ਬਾਵਜੂਦ ਉੱਥੇ ਜਦੋਂ ਪ੍ਰੈਸ ਨੂੰ ਐਡਰੈਸ ਕਰਦੇ ਹੈ ਤੇ ਪ੍ਰੈਸ ਨੂੰ ਐਡਰੈਸ ਕਰਦੇ ਆ ਉਹ ਕਹਿੰਦੇ ਹੈ ਕਿ ਭਾਰਤ ਤੇ ਪਾਕਿਸਤਾਨ ਤੋਂ ਸਾਨੂੰ ਇੱਕ ਚੰਗੀ ਖਬਰ ਮਿਲੀ ਹੈ, ਉਹਨਾਂ ਦਾ ਜਿਹੜਾ ਤਣਾਅ ਹੈ ਉਹ ਬਹੁਤ ਘਟਣ ਵਾਲਾ ਹੈ। ਤੇ ਉਹ ਤੋਂ ਕੁਝ ਘੰਟੇ ਬਾਅਦ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੇਸ਼ ਦੀ ਪਾਰਲੀਮੈਂਟ ਨੂੰ ਸੰਬੋਧਨ ਹੁੰਦੇ ਔਰ ਆਪਣੇ ਦੇਸ਼ ਦੀ ਪਾਰਲੀਮੈਂਟ ਨੂੰ ਸੰਬੋਧਨ ਹੋ ਕੇ ਉਹ ਐਲਾਨ ਕੀ ਕਰਦੇ ਹੈ, ਉਹ ਐਲਾਨ ਇਹ ਕਰਦੇ ਹੈ ਕਿ ਜੰਗ ਜਿੱਤੀ ਨਹੀਂ ਜਾ ਸਕਦੀ। ਅੱਜ ਦੇ ਯੁੱਗ ਦੇ ਵਿੱਚ ਜੋ ਲੋਕ ਜੰਗਾਂ ਦੀਆਂ ਗੱਲਾਂ ਕਰਦੇ ਆ ਉਹ ਮੂਰਖਾਂ ਦੇ ਸਵਰਗ ਵਿੱਚ ਰਹਿੰਦੇ ਆ, ਕਿਉਂਕਿ ਦੋਵੇਂ ਧਿਰਾਂ ਐਟੋਮਿਕ ਪਾਵਰ ਹੈ, ਪਰਮਾਣੂ ਬੰਬ ਹੈ ਇਹਨਾਂ ਦੇ ਕੋਲੇ ਤੇ ਪਰਮਾਣੂ ਬੰਬਾਂ ਦੀ ਜਿਹੜੀ ਲੜਾਈ ਆ ਉਹ ਜਿੱਤੀ ਨਹੀਂ ਜਾ ਸਕਦੀ, ਇੱਥੇ ਨਾ ਅਸੀਂ ਜਿੱਤ ਸਕਦੇ ਹਾਂ ਨਾ ਉਹ ਜਿੱਤ ਸਕਦੇ ਹਾਂ। ਲੜਾਈ ਸ਼ੁਰੂ ਕੀਤੀ ਜਾ ਸਕਦੀ ਹੈ, ਲੀਡਰ ਸ਼ੁਰੂ ਕਰ ਸਕਦੇ ਹੈ, ਲੇਕਿਨ ਲੜਾਈ ਖਤਮ ਕਰਨਾ ਲੀਡਰਾਂ ਦੇ ਵੱਸ ਦਾ ਰੋਗ ਨਹੀਂ ਰਹਿੰਦਾ। ਤੇ ਨਾਲ ਹੀ ਉਹ ਗੱਲ ਕਹਿੰਦੇ ਕਿ ਭਾਰਤ ਦਾ ਜਿਹੜਾ ਪੈਲਟ ਜਿਹੜੀ ਉਹ ਬੰਬਾਰਟਮੈਂਟ ਕਰਨ ਵਾਸਤੇ ਜਦੋਂ ਅਸੀਂ ਬੰਬਾਰਟਮੈਂਟ ਕੀਤੀ ਉਹ ਤੋਂ ਬਾਅਦ ਪਾਕਿਸਤਾਨ ਨੇ ਵੀ ਸਾਡੇ ਦੇਸ਼ ਦੇ ਵਿੱਚ ਆ ਕੇ ਬੰਬਾਰਟਮੈਂਟ ਕੀਤੀ। ਸਾਡਾ ਇੱਕ ਜਿਹੜਾ ਹੈਗਾ ਮਿਗ ਜਹਾਜ਼ ਉਹ ਪਾਕਿਸਤਾਨ ਦੇ ਜਹਾਜ਼ਾਂ ਦਾ ਪਿੱਛਾ ਕਰਦਾ ਹੈ, ਉਹਨਾਂ ਦੀ ਟੱਕਰ ਹੁੰਦੀ ਹੈ, ਉਹ ਮਿਗ ਜਹਾਜ਼ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਡਿੱਗ ਪੈਂਦਾ ਹੈ। ਉਹਦਾ ਜਿਹੜਾ ਪਾਇਲਟ ਹੈ ਮਿਸਟਰ ਅਭਿਨੰਦਨ, ਉਹ ਅਭਿਨੰਦਨ ਸਾਹਿਬ ਜਿਹੜੇ ਹੈਗੇ ਹੈ ਉਹ ਪੈਰਾਸ਼ੂਟ ਦੀ ਮਦਦ ਦੇ ਨਾਲ ਬਾਹਰ ਨਿਕਲਾਉਂਦੇ ਹੈ, ਪਾਕਿਸਤਾਨ ਦੇ ਲੋਕ ਉਹਨਾਂ ਨੂੰ ਫੜ ਲੈਂਦੇ ਤੇ ਕੁੱਟ ਖਟਾਪਾ ਹੁੰਦਾ ਹੈ, ਆਰਮੀ ਆ ਕੇ ਉਹਨਾਂ ਨੂੰ ਬਚਾਉਂਦੀ ਹੈ, ਆਰਮੀ ਜਾ ਕੇ ਉਹਨਾਂ ਦਾ ਇਲਾਜ ਵਗੈਰਾ ਕਰਵਾਉਂਦੀ ਹੈ। 60 ਘੰਟਿਆਂ ਦਾ ਤੋਂ ਵੀ ਘੱਟ ਸਮੇਂ 'ਚ 58 ਘੰਟੇ ਉਹਨਾਂ ਨੂੰ ਇੰਡੀਆ ਪਾਕਿਸਤਾਨ ਦੇ ਕਬਜ਼ੇ 'ਚ ਹੁੰਦੀ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਅਮਨ ਦੇ ਵਾਸਤੇ ਅਸੀਂ ਇੱਕ ਤਰਫਾ ਐਲਾਨ ਕਰਦੇ ਹਾਂ ਕਿ ਅਸੀਂ ਇਸ ਪਾਇਲਟ ਨੂੰ ਰਿਹਾ ਕਰ ਦਿੰਦੇ, ਉਹ ਰਿਹਾ ਕਰਨ ਦੀ ਗੱਲ ਕਰਦੇ ਔਰ ਉਸ ਰਿਹਾਈ ਤੋਂ ਬਾਅਦ ਭਾਵੇਂ ਠੀਕ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਜੰਗਜੂ ਮਾਹੌਲ ਸਿਰਜਿਆ ਹੋਇਆ ਹੈ ਸਾਡੀ ਮੀਡੀਆ ਨੇ, ਲੇਕਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਦੁਨੀਆਂ ਦੇ ਵਿੱਚ ਜਿਹੜੀ ਹੈ ਇੱਜ਼ਤ ਦੇ ਵਿੱਚ ਕਾਫੀ ਸਾਰਾ ਵਾਧਾ ਹੋ ਗਿਆ। ਮੈਂ ਦੇਖ ਰਿਹਾ ਸੀ ਪਾਕਿਸਤਾਨ ਦੇ ਇੱਕ ਬੁੱਧੀਜੀਵੀ ਨੂੰ, ਉਹ ਬੋਲਦਾ ਕਹਿ ਰਿਹਾ ਸੀਗਾ ਕਿ ਭਾਵੇਂ ਭਾਰਤ ਦੇ ਵਿੱਚ ਜੰਗਜੂ ਮਾਹੌਲ ਪੈਦਾ ਕਰਕੇ ਵੋਟਾਂ ਦੇ ਵਿੱਚ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ, ਲੇਕਿਨ ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਭਾਰਤ ਦੇ ਲੋਕ ਬੜੇ ਸਿਆਣੇ ਹੈ, ਭਾਰਤ ਦੇ ਲੋਕ ਅਜਿਹੇ ਕਿਸੇ ਬਹਿਕਾਵੇ ਦੇ ਵਿੱਚ ਨਹੀਂ ਆਉਣਗੇ, ਬਹੁਤ ਸਿਆਣੇ ਤੇ ਬੜੇ ਪੜ੍ਹੇ ਲਿਖੇ ਹੈ, ਇਹ ਭਾਰਤ ਦੀ ਖੁਸ਼ਕਿਸਮਤੀ ਹੈ। ਤੇ ਨਾਲ ਹੀ ਉਹ ਕਹਿੰਦੇ ਹੈ ਕਿ ਪਾਕਿਸਤਾਨ ਦੀ ਖੁਸ਼ਕਿਸਮਤੀ ਇਹ ਹੈ ਕਿ ਪਾਕਿਸਤਾਨ ਨੂੰ ਇੱਕ ਪੜ੍ਹਿਆ ਲਿਖਿਆ ਇਨਸਾਨ, ਇੱਕ ਪੜ੍ਹਿਆ ਲਿਖਿਆ ਪ੍ਰਧਾਨ ਮੰਤਰੀ ਬਣ ਗਿਆ। ਹੁਣ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਦੇ ਵਿੱਚ ਇਹ ਲੋਕ ਪਾਕਿਸਤਾਨ ਦੇ ਬੁੱਧੀਜੀਵੀ
ਜੀ ਭਾਰਤੀ ਲੋਕਾਂ ਦੀ ਸ਼ਲਾਘਾ ਕਰ ਰਹੇ ਆ ਕਿ ਸਿਆਣੇ ਆ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਮੁਕਾਬਲਤਾ ਨੂੰ ਨੀਚੇ ਰੱਖਦੇ ਜਦੋਂ ਉਹ ਕਹਿੰਦੇ ਆ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਪੜ੍ਹਿਆ ਲਿਖਿਆ, ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਿੰਨੇ ਕੁ ਪੜ੍ਹੇ ਲਿਖੇ ਹੈ, ਤੇ ਜੇ ਅਰਵਿੰਦ ਕੇਜਰੀਵਾਲ ਦੀ ਪਾਰਟੀ ITI ਦੇ ਰਾਹੀਂ ਇਨਫੋਰਮੇਸ਼ਨ ਮਿਲਦੀ ਹੈ ਤੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ, ਲੇਕਿਨ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦੀ ਉਹ ਇੰਟਰਵਿਊ ਪ੍ਰਸਾਰਿਤ ਹੁੰਦੀ ਹੈ ਜਿਹਦੀ ਇੰਟਰਵਿਊ ਦੇ ਵਿੱਚ ਉਹ ਇੱਕ ਐਂਕਰ ਨੂੰ ਕਹਿੰਦੇ ਹੈ ਕਹਿੰਦੇ ਭਾਈ ਮੈਂ ਬਹੁਤਾ ਪੜ੍ਹਾ ਲਿਖਾ ਨਹੀਂ ਹੂੰ, ਮੈਂ ਤਾਂ ਸਕੂਲ ਡਰੋਪ ਹੂੰ, ਮੈਂ ਤਾਂ ਸਕੂਲ ਚੱਕ ਹੀ ਪੜ੍ਹਿਆ ਹੋਇਆ, ਤੇ ਉਦੋਂ ਇਸ ਕਿਸਮ ਦੀਆਂ ਗੱਲਾਂ ਜੇ ਦੁਨੀਆਂ 'ਚ ਚੱਲਣੀਆਂ ਸ਼ੁਰੂ ਹੋਈਆਂ ਤਾਂ ਮੇਰਾ ਖਿਆਲ ਹੈ ਇਹ ਵੀ ਭਾਰਤ ਲਈ ਹਲੀਮੀ ਦਾ ਇੱਕ ਕਾਰਨ, ਹਲੀਮੀ ਦਾ ਕਾਰਨ ਹੱਦ ਤੱਕ ਦਾ ਕਾਰਨ ਬਣਦਾ ਸਾਡੇ ਲਈ, ਇਹ ਕੋਈ ਚੰਗੀ ਗੱਲ ਨਹੀਂ। ਕਿਸੇ ਜ਼ਮਾਨੇ ਦੇ ਵਿੱਚ ਭਾਰਤ ਦੇ ਇਹੋ ਜਿਹੇ ਪ੍ਰਧਾਨ ਮੰਤਰੀ ਹੁੰਦੇ ਸੀ, ਰਾਜਨੀਤਿਕ ਤੌਰ ਤੇ ਉਹਨਾਂ ਦੀ ਸੋਚ ਭਾਵੇਂ ਕੋਈ ਹੁੰਦੀ, ਉਸ ਵੇਲੇ ਲੋਕ ਸਾਰੇ ਦੇਸ਼ ਦੇ ਲੋਕ ਮੰਨਦੇ ਹੁੰਦੇ ਸੀ ਕਿ ਸਾਡੇ ਪ੍ਰਧਾਨ ਮੰਤਰੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਤੱਕ ਆਪਾਂ ਗੱਲ ਕਰ ਲਈਏ, ਅਟਲ ਬਿਹਾਰੀ ਵਾਜਪਾਈ ਮਜਾਇਟੀ ਸਰਕਾਰ ਦੇ ਵੀ ਮੁਖੀ ਰਹੇ ਤੇ ਮਜਾਇਟੀ ਸਰਕਾਰ ਦੇ ਵੀ ਮੁਖੀ ਰਹੇ। ਅਟਲ ਬਿਹਾਰੀ ਵਾਜਪਾਈ ਜਦੋਂ ਬੋਲਦੇ ਹੁੰਦੇ ਸੀ ਉਦੋਂ ਸਾਰਾ ਦੇਸ਼ ਇੱਕ ਟੱਕ ਹੋ ਕੇ ਉਹਨਾਂ ਨੂੰ ਸੁਣਦਾ ਹੁੰਦਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਹੈ, ਤੇ ਹੁਣ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਹੈ, ਪ੍ਰਧਾਨ ਮੰਤਰੀ ਸਾਹਿਬ ਇਹੋ ਜਿਹੀ ਬੋਲਬਾਣੀ ਬੋਲ ਜਾਂਦੇ ਹੈ ਕਿ ਜਿਹੜੀ ਉਹਨਾਂ ਨੂੰ ਬੋਲਣੀ ਨਹੀਂ ਚਾਹੀਦੀ। ਸੋ ਇਸ ਵੇਲੇ ਸਾਡੇ ਪ੍ਰਧਾਨ ਮੰਤਰੀ ਦੇ ਮੁਕਾਬਲਤਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਕਦਮ ਉੱਚਾ ਹੋਇਆ ਜੀ। ਇਹਨਾਂ ਪ੍ਰਸਥਿਤੀਆਂ ਵਿੱਚ ਹੁਣ ਭਾਰਤ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ, ਪਹਿਲਾਂ ਤਾਂ ਇਹ ਸੀ ਕਿ ਚੋਣਾਂ ਹੋਣ ਜਾਂ ਨਾ ਹੋਣ, ਲੇਕਿਨ ਹੁਣ ਇਹ ਹੋ ਗਿਆ ਕਿ ਚੋਣਾਂ ਹੋਣ ਗਈਆਂ। 8 ਮਾਰਚ ਤੱਕ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਹੈ ਔਰ ਉਹ ਦੌਰੇ ਮੁਕੰਮਲ ਹੋ ਜਾਣੇ, ਮੇਰੇ ਖਿਆਲ ਮੁਤਾਬਕ 9 ਮਾਰਚ ਨੂੰ ਚੋਣਾਂ ਹੋਣਗੀਆਂ, ਫਿਰ ਦੇਸ਼ ਦਾ ਮਾਹੌਲ ਵੇਖੋ ਕਿਹੋ ਜਿਹਾ ਹੁੰਦਾ ਕੀ ਨਹੀਂ ਹੁੰਦਾ। ਲੇਕਿਨ ਚੋਣਾਂ ਹੋਣ ਤੱਕ ਆਪਾਂ ਇਹੀ ਕਾਮਨਾ ਕਰਦੇ ਹਾਂ ਕਿ ਦੋਨਾਂ ਦੇਸ਼ਾਂ ਦੇ ਦਰਮਿਆਨ ਜਿਹੜੇ ਸੰਬੰਧ ਹੈ ਉਹ ਸੰਬੰਧ ਬਣੇ ਰਹਿਣ, ਉਹ ਤਣਾਅਪੂਰਨ ਨਾ ਹੋਣ। ਇਹ ਜਿਹੜਾ ਹੈਗਾ ਸਾਡਾ ਭਾਰਤੀ ਉਪ ਮਹਾਂਦੀਪ, ਜੇ ਭਾਰਤੀ ਉਪ ਮਹਾਂਦੀਪ ਦੇ ਵਿੱਚ ਸ਼ਾਂਤੀ ਦੀ ਗੱਲ ਚੱਲ ਪਵੇ, ਸਗੋਂ ਮੇਰੇ ਵਾਸਤੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਜਿਹੜੀ ਮੈਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਇਹ ਹੈ ਕਿ ਜਦੋਂ ਅੱਡੇ ਵਾਲੇ ਪਾਸੇ ਜੰਗ ਵਾਲਾ ਮਾਹੌਲ ਬਣਾਇਆ ਜਾ ਰਿਹਾ, ਭਾਰਤ ਸਰਕਾਰ ਨੇ ਜਿਹੜਾ ਇੱਕ ਡੋਜੀਅਰ ਸੌਂਪਿਆ ਸੀ ਪਾਕਿਸਤਾਨ ਦੀ ਸਰਕਾਰ ਨੂੰ ਕਿ ਜੀ ਆਹ ਡੋਜੀਅਰ ਹੈ ਤੁਹਾਡੇ ਕੋਲੇ, ਆਹ ਬੰਦੇ ਹੈ, ਹੁਣ ਖਬਰ ਆ ਗਈ ਹੈ ਕਿ 44 ਪਾਕਿਸਤਾਨ ਦੀ ਸਰਕਾਰ ਨੇ 44 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਇੱਥੇ, ਜਿਹਨਾਂ ਦੇ ਵਿੱਚ ਜੈਸ਼ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਇੱਕ ਭਰਾ ਵੀ ਹੈ ਤੇ ਉਹਦਾ ਇੱਕ ਪੁੱਤ ਵੀ ਹੈ, ਤੇ ਦੂਜੀ ਪਾਕਿਸਤਾਨ ਦੇ ਵਿੱਚ ਇੱਕ ਹੋਰ ਹਵਾਲਾ ਬੁੱਲਾ ਹੁੰਦਾ ਹੈ ਕਿ ਪਾਕਿਸਤਾਨੀ ਪੰਜਾਬ ਦੇ ਸੂਚਨਾ ਮੰਤਰੀ ਨੇ ਇੱਕ ਬੜਾ ਬੇਹੂਦਾ ਬਿਆਨ ਦਿੱਤਾ ਸੀ, ਉਹਨੇ ਹਿੰਦੂ ਭਾਈਚਾਰੇ ਦੇ ਉੱਤੇ ਕਟਾਕਸ਼ ਕਰਦਿਆਂ ਕਿਹਾ ਸੀ ਕਿ ਇਹ ਭਾਈਚਾਰਾ ਤਾਂ ਜ਼ਹਲ ਭਾਈਚਾਰਾ ਹੈ ਕਿਉਂਕਿ ਇਹ ਲੋਕ ਤਾਂ ਗਾਂਧੀਆਂ ਦਾ ਪਿਸ਼ਾਬ ਪੀ ਜਾਂਦੇ ਹੈ। ਇਸ ਗੱਲ ਨੂੰ ਪਾਕਿਸਤਾਨ ਦੀ ਤਹਿਰੀਕੇ ਪਾਰਟੀ ਹੈ ਜਿਹੜੀ ਇਮਰਾਨ ਖਾਨ ਦੀ ਪਾਰਟੀ ਨੇ ਵੀ ਬਹੁਤ ਗੰਭੀਰਤਾ ਨਾਲ ਲਿਆ ਔਰ ਉਹਨਾਂ ਦੀ ਸਰਕਾਰ ਨੇ ਵੀ ਬਹੁਤ ਗੰਭੀਰਤਾ ਨਾਲ ਲਿਆ, ਤੇ ਉਸ ਮੰਤਰੀ ਦਾ ਅਸਤੀਫਾ ਵੀ ਉਹਨਾਂ ਨੇ ਫੌਰਨ ਲੈ ਲਿਆ ਜੀ, ਤੁਸੀਂ ਕਿਰਪਾ ਕਰਕੇ ਅਸਤੀਫਾ ਦਿਓ, ਇਹ ਗੱਲ ਠੀਕ ਨਹੀਂ, ਇਹੋ ਜਿਹਾ ਮੰਤਰੀ ਸਾਨੂੰ ਨਹੀਂ ਚਾਹੀਦਾ। ਜੇ ਮਤਲਬ ਉਸ ਪਾਸਿਓਂ ਜਿਹੜੀ ਹੈਗੀ ਹੈ ਹਵਾ ਆ ਰਹੀ ਹੈ, ਮੇਰੇ ਖਿਆਲ ਮੁਤਾਬਕ ਜੇ ਸਾਡੇ ਵੀ ਅਸੀਂ ਚੰਗਾ ਹੁੰਗਾਰਾ ਦੇਈਏ, ਵੈਸੇ ਇਸ ਸਰਕਾਰ ਦੇ ਹੁੰਦਿਆਂ ਤਾਂ ਕੋਈ ਉਮੀਦ ਨਹੀਂ ਹੈ ਚੰਗਾ ਹੁੰਗਾਰਾ ਦੇ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਦੀ ਵੀ ਸੋਚ ਹੈ, ਇਸ ਸੋਚ ਦੇ ਵਿੱਚ ਕਮਿਊਨਲਿਜ਼ਮ ਭਾਗੂ ਹੈ ਤੇ ਕਮਿਊਨਲਿਜ਼ਮ ਜਿਹੜਾ ਹੈਗਾ ਉਹ ਚੰਗੇ ਭਲੇ ਬੰਦੇ ਨੂੰ ਬਿਮਾਰ ਕਰ ਦਿੰਦਾ ਹੈ, ਇਹ ਤਾਂ ਉਹ ਬਿਮਾਰੀ ਵਾਲੇ ਪਾਸੇ ਵਧੇ ਹੋਈ ਹੈ। ਲੇਕਿਨ ਇੱਕ ਸਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਕਿ ਜੇ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਦੇ ਵਿੱਚ ਕੋਈ ਚੰਗੀ ਸਰਕਾਰ ਬਣਦੀ ਹੈ, ਕਾਸ਼ ਕਿਤੇ ਮਤਲਬ ਜਿਹੜਾ ਭਾਰਤ ਤੇ ਪਾਕਿਸਤਾਨ ਜਿਹੜੀ ਆਪਸੀ ਦੁਸ਼ਮਣੀ ਇਹਨਾਂ ਨੇ 70 ਸਾਲਾਂ ਤੋਂ ਪਾਲੀ ਹੋਈ ਹੈ, ਜੇ ਉਹ ਦੁਸ਼ਮਣੀ ਖਤਮ ਹੋ ਜੇ ਤਾਂ ਫਿਰ ਸੁਖਲੈਬ ਜੀ ਤੁਸੀਂ ਇਹ ਦੇਖੋ ਕਿ ਦੋਨਾਂ ਮੁਲਕਾਂ ਵੱਲੋਂ ਜਿਹੜਾ ਪੈਸਾ ਡਿਫੈਂਸ ਤੇ ਖਰਚ ਕੀਤਾ ਜਾ ਰਿਹਾ ਹੈ, ਜਿਹੜਾ ਪੈਸਾ ਹਥਿਆਰਾਂ ਤੇ ਖਰਚ ਕੀਤਾ ਜਾ ਰਿਹਾ ਹੈ, ਉਸ ਪੈਸੇ ਦੇ ਨਾਲ ਇੱਥੋਂ ਦੀ ਭੁੱਖਮਰੀ, ਇੱਥੋਂ ਦੀ ਅਨਪੜ੍ਹਤਾ, ਇੱਥੋਂ ਦੀ ਗਰੀਬੀ ਦੂਰ ਹੋ ਸਕਦੀ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਉਹ ਸਮਾਂ ਆਵੇ, ਹੁਣ ਸਮਾਂ ਇਹ ਨਾ ਆਵੇ ਕਿ ਸਾਨੂੰ ਦੁਬਾਰਾ ਇਹ ਦਿਨ ਨਾ ਦੇਖਣੇ ਪੈਣ ਕਿ ਕੋਈ ਹਾਦਸਾ ਹੋ ਜਾਵੇ, ਪ੍ਰਧਾਨ ਮੰਤਰੀ ਤੋਂ ਅਸਤੀਫਾ ਮੰਗਣ ਦੀ ਬਜਾਏ ਪ੍ਰਧਾਨ ਮੰਤਰੀ ਵੋਟਾਂ ਮੰਗੇ ਕਿ ਸਾਡੇ ਦੇਸ਼ ਦੇ ਉੱਤੇ ਹਮਲਾ ਹੋ ਗਿਆ ਜੀ, ਸਾਡੇ ਬੰਦੇ ਮਰ ਗਏ, ਤੇ ਉਹਨਾਂ ਬੰਦਿਆਂ ਦੇ ਇਮੇਜ ਦੇ ਵਿੱਚ ਅਸੀਂ ਆਹ ਕੁਛ ਕਰਤਾ ਸੀ, ਉਹਨਾਂ ਦੇ ਉੱਤੇ ਹਮਲਾ ਕਰਤਾ, ਬੰਦੇ ਸੀ ਭਾਵੇਂ ਨਹੀਂ ਮਾਰੇ ਪਰ 56 ਇੰਚ ਦੀ ਛਾਤੀ ਹੈ ਤੇ ਇਸ ਛਾਤੀ ਨੂੰ ਵੋਟਾਂ ਚਾਹੀਦੀਆਂ, ਤੁਸੀਂ ਸਾਨੂੰ ਵੋਟਾਂ ਪਾਓ, ਇਸ ਕਿਸਮ ਦਾ ਮਾਹੌਲ ਇਸ ਦੇਸ਼ ਦੇ ਵਿੱਚ ਨਾ ਹੋਵੇ, ਇਹੀ ਆਪਾਂ ਕਾਮਨਾ ਕਰਦੇ ਹਾਂ ਜੀ। ਢਿੱਲੋਂ ਸਾਹਿਬ, ਇਹ ਜਿਹੜਾ ਹਮਲਾ ਹੋਇਆ, ਪੈਰਾਮਿਲਟਰੀ ਫੋਰਸਿਸ ਦੇ ਜਵਾਨ ਮਾਰੇ ਗਏ, ਔਰ ਸ਼ਹੀਦ ਦਾ ਦਰਜਾ ਸਾਡੀ ਭਾਰਤ ਸਰਕਾਰ ਉਹਨੂੰ ਦੇ ਨਹੀਂ ਸਕਦੀ ਕਿਉਂਕਿ ਇਹ ਜਿਹੜੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੇ ਆ, ਜਿਹੜਾ ਸੁਰੱਖਿਆ ਮੰਤਰਾਲਾ ਹੈ ਜੇ ਉਹਦੇ ਅਧੀਨ ਆਉਂਦੀਆਂ ਸਾਡੀਆਂ 3 ਫੌਜਾਂ, ਹਵਾਈ ਫੌਜ, ਸਮੁੰਦਰੀ ਫੌਜ ਤੇ ਵਾਯੂ ਜਿਹੜੀ ਮੈਦਾਨੀ ਫੌਜ ਹੈ, ਤਿੰਨੇ ਜਲ ਥਲ ਤੇ ਹਵਾਈ,
ਤੇ ਇਹਨਾਂ ਨੂੰ ਤਾਂ ਜਿਹੜਾ ਸ਼ਹੀਦ ਦਾ ਦਰਜਾ ਦੇ ਦਿੱਤਾ ਜਾਂਦਾ ਹੈ, ਇਹ 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 ਜੀ ਆਵਾਜ਼ ਕਿਉਂ ਨਹੀਂ ਕਿਸੇ ਸਿਆਸਤਦਾਨ ਨੇ ਉਠਾਈ ਕਿ ਜਾਨ ਤਾਂ ਇਹਨਾਂ ਦੀ ਵੀ ਗਈ ਹੈ, ਦੇਸ਼ ਦੀ ਰਾਖੀ ਤਾਂ ਇਹ ਵੀ ਲੋਕ ਕਰਦੇ ਸੀ, ਉਧਰ ਨਹੀਂ ਕਿਸੇ ਦਾ ਧਿਆਨ ਗਿਆ ਜੀ? ਦੇਖੋ ਸੁਖਨੈਬ ਜੀ, ਤੁਸੀਂ ਬਹੁਤ ਜ਼ਬਰਦਸਤ ਨੁਕਤਾ ਉਠਾਇਆ ਹੈ ਕਿ ਸਾਡੇ ਜਿਹੜੇ ਹੈਗੇ ਆ ਪੈਰਾਮਿਲਟਰੀ ਫੋਰਸਸ ਦੇ ਲੋਕ, ਇਹ ਸਰਹੱਦਾਂ ਦੀ ਰਾਖੀ ਕਰਦੇ ਆ, ਇਹ ਮਰਦੇ ਵੀ ਹੈ ਤੇ ਇਹਨਾਂ ਨੂੰ ਸ਼ਹੀਦੀ ਦਾ ਰੁਤਬਾ ਵੀ ਨਹੀਂ ਮਿਲਦਾ। ਅਗਲੀ ਗੱਲ, ਇਹਨਾਂ ਨੂੰ ਜਿਹੜੇ ਇਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਮਿਲਣ ਵਾਲੀਆਂ ਫੈਸਿਲਿਟੀਜ਼ ਹੈਗੀਆਂ, ਉਹ ਵੀ ਉਹਨਾਂ ਦੇ ਮੁਕਾਬਲੇ ਨਹੀਂ ਮਿਲਦੀਆਂ। ਬਦਕਿਸਮਤੀ ਹੈ ਕਿ ਮੁਲਕ ਨੂੰ ਆਜ਼ਾਦ ਹੋਏ ਨੂੰ 70 ਵਰੇ ਹੋ ਗਏ, ਔਰ ਇਹ ਮੁਲਕ ਦੀ ਆਜ਼ਾਦੀ ਨੂੰ ਜਿਹੜੇ ਹੈਗੇ ਬਚਾਉਣ ਵਾਲੇ ਲੋਕ ਆ, ਉਹਦੀ ਰਾਖੀ ਕਰਨ ਵਾਲੇ ਲੋਕ ਹੈ, ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਦੂਰ ਦੀ ਗੱਲ। ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਹੈ, ਸਾਡੇ ਭਾਰਤ ਨੇ ਤਾਂ ਅਜੇ ਤੱਕ ਉਹਨਾਂ ਨੂੰ ਵੀ ਸ਼ਹੀਦਾਂ ਦਾ ਰੁਤਬਾ ਨਹੀਂ ਦਿੱਤਾ। ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਤਾਂ ਪਾਰਲੀਮੈਂਟ 'ਚ ਲੱਗ ਸਕਦੀ ਹੈ, ਕਰਤਾਰ ਸਿੰਘ ਸਰਾਭਾ ਦੀ ਤਸਵੀਰ ਤਾਂ ਉੱਥੇ ਲੱਗ ਸਕਦੀ ਹੈ, ਲੇਕਿਨ ਅੱਜ ਤੱਕ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਭਾਰਤ ਦੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਹ ਅੱਤਵਾਦੀ ਹੈ, ਉਹ ਅਪਰਾਧੀ ਹੈ, ਉਹ ਦੇਸ਼ ਭਗਤ ਨਹੀਂ, ਉਹ ਦੇਸ਼ ਦੇ ਗਦਾਰ ਹੈ, ਜਿਨ੍ਹਾਂ ਨੂੰ ਸਾਰਾ ਸਾਰਾ ਦੇਸ਼ ਇਹ ਮੰਨਦਾ ਹੈ ਕਿ ਉਹ ਦੇਸ਼ ਭਗਤ ਹੈ। ਪਰ ਮੇਰੀ ਇੱਕ ਵਾਰੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਤੀਜੇ ਨਾਲ ਗੱਲ ਹੋਈ ਸੀ, ਅਜੇ ਸਿੰਘ ਨਾਲ, ਉਹਨੇ ਬੜੇ ਪ੍ਰੇਮਣ ਨਾਲ ਕਿਹਾ ਸੀ ਕਿ ਜਦੋਂ ਹੁਣ ਲੋਕ ਸ਼ਹੀਦਾਂ ਨੂੰ ਅਪਸ਼ਬਦ ਬੋਲਦੇ ਆ, ਉਹਨਾਂ ਪ੍ਰਤੀ ਨੈਗੇਟਿਵ ਟਿੱਪਣੀਆਂ ਕਰਦੇ ਆ, ਸਾਡਾ ਜੀ ਕਰਦਾ ਕਿ ਸਰਕਾਰੀ ਦਰਬਾਰੇ ਜਾਈਏ, ਉਹਨਾਂ ਦੇ ਖਿਲਾਫ਼ ਜਾ ਕੇ ਕੋਈ ਅਰਜ਼ੀ ਪਰਚਾ ਕਰੀਏ, ਪਰ ਕਹਿੰਦੇ ਅਰਜ਼ੀ ਪਰਚਾ ਕਿਵੇਂ ਕਰੀਏ, ਕਿਉਂਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਤਾਂ ਅੱਜ ਵੀ ਉਹ ਅਪਰਾਧੀ ਹੈ। ਇਸ ਦੇਸ਼ ਦੀ ਹਾਲਤ ਹੈ ਕਿ 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜਿਹੜਾ ਦੇਸ਼ ਆਪਣੀ ਆਜ਼ਾਦੀ ਲਈ ਲੜਨ ਵਾਲੇ ਮਰਨ ਵਾਲੇ ਯੋਧਿਆਂ ਨੂੰ ਅਜੇ ਤੱਕ ਸ਼ਹੀਦ ਕਰਾਰ ਨਹੀਂ ਦੇ ਸਕਦਾ, ਉਹ ਵਿਚਾਰਾ ਪਾਰਲੀਮੈਂਟ, ਉਹ ਵਿਚਾਰੇ ਪਾਰਲੀਮੈਂਟ ਪੈਰਾਮਿਲਟਰੀ ਫੋਰਸਿਸ ਦੇ ਜਵਾਨਾਂ ਨੂੰ ਕੀ ਨਹੀਂ ਦੇਣਗੇ? ਜਵਾਨਾਂ ਦੀ ਹਾਲਤ ਤਾਂ ਇਹ ਹੈ ਕਿ ਜਵਾਨਾਂ ਨੂੰ ਜੇ ਸ਼ਿਫਟ ਕਰਨ ਵਾਸਤੇ ਜੰਮੂ ਤੋਂ ਸ੍ਰੀਨਗਰ ਤੱਕ ਹਵਾਈ ਜਹਾਜ਼ਾਂ ਦੀ ਵਰਤੋਂ ਦੀ ਇਜਾਜ਼ਤ ਮੰਗੀ ਜਾਂਦੀ ਹੈ, ਸਰਕਾਰ ਤੋਂ ਸਾਡੀ ਉਹ ਜਿਹਦੀ ਸ਼ਹਾਦਤ ਵਾਲਾ ਰੁਤਬਾ ਤਾਂ ਬਹੁਤ ਵੱਡਾ ਹੈ ਜੀ। ਜੀ ਬਿਲਕੁਲ, ਗੱਲ ਤੁਸੀਂ ਇਹ ਵੀ ਸਹੀ ਕਹੀ, ਤੇ ਦੂਸਰੇ ਪਾਸੇ ਢਿੱਲੋਂ ਸਾਹਿਬ, ਤੁਸੀਂ ਕਿਤਾਬਾਂ ਦੇ ਨਾਲ ਵਾਹ ਵਾਸਤਾ ਰਹਿੰਦੇ ਹੋ, ਔਰ ਜੰਗਲਨਾਮਾ ਕਿਤਾਬ ਪੜ੍ਹਦੇ ਹਾਂ ਤਾਂ ਸਾਨੂੰ ਆਦਿਵਾਸੀਆਂ ਦਾ ਜੀਵਨ ਤੇ ਜਿਨ੍ਹਾਂ ਲੋਕਾਂ ਨੇ ਮਜਬੂਰੀ 'ਚ ਹਥਿਆਰ ਚੱਕੇ ਆਪਦੀ ਰੱਖਿਆ ਦੇ ਵਾਸਤੇ, ਉਹਨਾਂ ਦੀਆਂ ਕਹਾਣੀਆਂ ਪਤਾ ਲੱਗਦੀਆਂ। ਪਰ ਜੇ ਹੁਣ ਦੇਖਦੇ ਹਾਂ ਤਾਂ ਇਸ ਗੱਲ ਨੂੰ ਲੈ ਕੇ ਵੀ ਬੜੇ ਅਜੀਬੋ ਗਰੀਬ ਦੇ ਬਿਆਨ ਆਉਂਦੇ ਆ, ਫੈਸਲੇ ਵੀ ਆਉਂਦੇ ਆ। ਸੁਪਰੀਮ ਕੋਰਟ ਕਦੇ ਇਹਨਾਂ ਆਦਿਵਾਸੀਆਂ ਨੂੰ ਜਿਹੜੇ ਜੰਗਲਾਂ 'ਚ ਵੱਸਦੇ ਨੇ ਉਹਨਾਂ ਦੇ ਬਾਰੇ ਇਹ ਕਹਿੰਦੀ ਹੈ ਕਿ ਇਹਨਾਂ ਨੂੰ ਜੰਗਲ ਛੱਡ ਦੇਣੇ ਚਾਹੀਦੇ ਆ, ਤੇ ਹੁਣ ਫੈਸਲਾ ਉਲਟ ਵੀ ਆ ਰਿਹਾ ਹੈ। ਦੇਖੋ ਗੱਲ ਇੱਕ ਇਹ ਹੈ ਕਿ ਜੰਗਲ ਦੇ ਵਿੱਚ ਜਿਹੜੇ ਲੋਕ ਰਹਿਣ ਵਾਲੇ ਹੈ, ਉਹ ਜੰਗਲ ਤੋਂ ਬਗੈਰ ਬਚ ਨਹੀਂ ਸਕਦੇ ਜੀ। ਔਰ ਮੇਰੀ ਸਮਝ ਇਹ ਹੈ ਕਿ ਜੇ ਸਾਡੇ ਦਰਿਆ, ਸਾਡੇ ਜੰਗਲ ਬਚੇ ਹੋਏ ਹੈ, ਤਾਂ ਇਹ ਬਚੇ ਵੀ ਉਹਨਾਂ ਲੋਕਾਂ ਦੀ ਵਜ੍ਹਾ ਕਾਰਨ ਹੈ, ਕਿਉਂਕਿ ਉਹ ਇੱਕ ਕਿਸਮ ਦੇ ਅਣਅਧਿਕਾਰਤ, ਜਿਨ੍ਹਾਂ ਨੂੰ ਕਿਸੇ ਨੇ ਅਧਿਕਾਰਤ ਨਹੀਂ ਕੀਤਾ ਹੋਇਆ, ਕਿਸੇ ਨੇ ਪੁਲਿਸ ਨੇ ਨਹੀਂ ਲਾਇਆ, ਕਿਸੇ ਪ੍ਰਸ਼ਾਸਨ ਨੇ ਨਹੀਂ ਲਾਇਆ, ਕਿਸੇ ਸਰਕਾਰ ਨੇ ਨਹੀਂ ਲਾਇਆ, ਜੰਗਲਾਂ ਦੀ ਰਾਖੀ ਵੀ ਉਹੀ ਕਰਦੇ ਹੈ। ਔਰ ਉਹਨਾਂ ਨੂੰ ਜਿਹੜੇ ਜੰਗਲ ਦੇ ਮੂਲ ਵਸਨੀਕ ਹੈ, ਅਸੀਂ ਜੇ ਕਹਿ ਦਈਏ ਕਿ ਮਲਕੀਅਤ ਕਿਹਦੀ ਹੈ, ਮਲਕੀਅਤ ਹਮੇਸ਼ਾ ਇਹ ਮੰਨੀ ਗਈ ਹੈ ਕਿ ਜਿਹੜੇ ਮੂਲ ਵਸਨੀਕ ਹੈ, ਜਿਹੜੇ ਉੱਥੇ ਰਹਿੰਦੇ ਹੈ, ਉਹਨਾਂ ਨੂੰ ਮਾਲਕ ਬਣਾਇਆ ਜਾਂਦਾ ਹੈ। ਅੱਜ ਵੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਹਰ ਪਿੰਡ ਜਿਹੜਾ ਬਣਿਆ ਹੋਇਆ, ਉਸ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਪਿੰਡ ਦਾ, ਜਦੋਂ ਤੁਸੀਂ ਰੈਵਨਿਊ ਰਿਕਾਰਡ ਦੇਖੋਗੇ, ਰੈਵਨਿਊ ਰਿਕਾਰਡ ਜਿਹੜਾ ਹੈਗਾ ਇੱਕ ਹੱਦ ਤੋਂ ਬਾਰ ਬਾਰ ਲਿਖਿਆ ਜਾਂਦਾ ਕਿ ਜੀ ਆਹ ਰੈਵਨਿਊ ਰਿਕਾਰਡ ਹੈ, ਇਹਦੇ ਆਹ ਨੰਬਰ ਹੈ, ਇਹਦਾ ਆਹ ਨੰਬਰ ਹੈ। ਲੇਕਿਨ ਲਾਲ ਲਕੀਰ ਵੀ ਇੱਕ ਉਹਦੇ ਆਲੇ ਦੁਆਲੇ ਵਾਹੀ ਹੁੰਦੀ ਹੈ ਕਿ ਜਿਹੜੇ ਲਾਲ ਲਕੀਰ ਦੇ ਅੰਦਰ ਲੋਕਾਂ ਦੇ ਘਰ ਹੈ, ਜਿਹੜੀ ਪ੍ਰੋਪਰਟੀ ਹੈ, ਉਹ ਉਹਦੀ ਹੈ ਜਿਹੜਾ ਉਹਦੇ 'ਤੇ ਕਾਬਜ਼ ਹੈ, ਉਸੇ ਨੂੰ ਮਾਲਕ ਮੰਨਿਆ ਜਾਂਦਾ, ਚਾਹੇ ਉਹਦੇ ਨਾਂ ਦੇ ਉੱਤੇ ਕੁਛ ਲਿਖਿਆ ਚਾਹੇ ਨਹੀਂ ਲਿਖਿਆ, ਉਹਦੇ ਕੋਲ ਇੱਕ ਛੋਟਾ ਜਿਹਾ ਸਬੂਤ ਚਾਹੀਦਾ, ਉਹ ਮੰਨਿਆ ਜਾਂਦਾ। ਜੇ ਸਾਡੀ ਸੱਭਿਅਕ ਸੁਸਾਇਟੀ ਦੀ ਲਾਲ ਲਕੀਰ ਦੇ ਅੰਦਰਲੇ ਘਰਾਂ ਨੂੰ ਉਹਨਾਂ ਦੀ ਮਲਕੀਅਤ ਮੰਨਿਆ ਜਾਂਦਾ ਜਿਹੜੇ ਉੱਥੇ ਰਹਿੰਦੇ ਹੈ, ਤਾਂ ਫਿਰ ਜੰਗਲਾਂ ਦੇ ਜਿਹੜੇ ਵਸਨੀਕ ਹੈ, ਉਹਨਾਂ ਨੂੰ ਕਿਉਂ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਇੱਥੋਂ ਕੱਢੋ? ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਜੀ, ਅਸੀਂ ਇਹਦੇ ਮਗਰ ਦੇਖੀਏ। ਅਸਲ ਦੇ ਵਿੱਚ ਇਹ ਹੈ ਕਿ ਜਦੋਂ ਤੋਂ ਭਾਰਤ ਨੇ ਜਿਹੜਾ ਵਿਕਾਸ ਦਾ ਕੈਪੀਟਲਿਸਟ ਰਾਹ ਅਪਣਾਇਆ ਹੋਇਆ, ਜਿਹਨੂੰ ਅਸੀਂ ਵਿਕਾਸ ਦਾ ਸਰਮਾਏਦਾਰੀ ਵਾਲਾ ਰਾਹ ਕਹਿ ਦਿੰਦੇ ਹਾਂ, ਕਿ ਜਿਹੜਾ ਪੂੰਜੀਵਾਦ ਨੂੰ ਮਜ਼ਬੂਤ ਕਰੇ, ਉਦੋਂ ਤੋਂ ਰਾਹ ਅਪਣਾਇਆ ਹੋਇਆ, ਉਦੋਂ ਤੋਂ ਲੈ ਕੇ ਕਾਰਪੋਰੇਟ ਘਰਾਣਿਆਂ ਨੂੰ, ਮਲਟੀਨੈਸ਼ਨਲ ਕੰਪਨੀਆਂ ਨੂੰ ਇਸ ਦੇਸ਼ ਦੇ ਮਾਲ ਖਜ਼ਾਨੇ ਲੁੱਟਣ ਦੀ ਸਰਕਾਰੀ ਤੌਰ ਦੇ ਉੱਤੇ ਇਜਾਜ਼ਤ ਦਿੱਤੀ ਹੋਈ ਹੈ। ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਵੱਡੇ ਵੱਡੇ ਸਕੈਂਡਲ ਹੋਏ ਹੈ, ਉਹਦੇ ਵਿੱਚ ਕੋਲਾ ਘਪਲਾ ਹੋਇਆ, ਕੋਲੇ ਦਾ ਸਕੈਂਡਲ ਹੋਇਆ ਵੀ ਜੀ ਇਹਨੂੰ ਦਿੱਤਾ, ਇਹਨੂੰ ਘੱਟ ਦਿੱਤਾ, ਇਹਨੂੰ ਵੱਧ ਦਿੱਤਾ, ਜੀ ਇੱਥੇ ਆ ਜਾਇਜ਼ ਦਿੱਤਾ ਤੇ ਇਹਨੂੰ ਨਜਾਇਜ਼ ਦਿੱਤਾ, ਇਹ ਉੱਥੇ ਤਾਂ ਮੁਕੱਦਮੇ ਬਣ ਗਏ। ਲੇਕਿਨ ਜਿਹੜੇ ਕੋਲਿਆਂ ਦੇ ਭੰਡਾਰ ਹਾਸਲ ਕਰਨ ਵਾਸਤੇ ਜਿਹੜੇ ਇਲਾਕਿਆਂ ਦੇ ਵਿੱਚ ਜਾ ਕੇ ਜਿਹਨਾਂ ਦੀ ਮਲਕੀਅਤ ਹੈ, ਉੱਥੇ ਸਾਰਾ ਕੁਛ ਕੀਤਾ ਗਿਆ, ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਜਿਹੜੀ ਪਹਿਲੀ ਪਹਿਲੀ ਸਰਕਾਰ ਹੈ UPA 1 ਦੀ,
यूपीए बन दी सरकार ने भी एक बार ये गल कही सी कि इस देश में जी है रेड एक्सट्रीमिज्म तो खतरा है जी, लाल अतवाद तो खतरा है, माओवाद तो खतरा है, इसलिए इस देश को बचाने वास्ते सानू कोई स्पेशल उद्यम करने चाहिए है। उन्होंने इस मकसद के लिए मोटे फंड भी रखे सी जी, लेकिन चार साल के अरसे बाद भी उस बाद ही उस सरकार को पता लग गया कि यह गल ठीक नहीं। फिर 2006 उस सरकार ने डॉक्टर मनमोहन सिंह की सरकार ने एक कानून बनाया जी, उस कानून के राही उन्होंने ये गारंटी दी कि जेडे लोग जंगलों के रेंदे है उन्होंने विस्थापित ना किया जाए, उन्होंने उजाड़िया ना जाए, ये उन्होंने एक किस्म की उत्तर मलकियत के हक उन्होंने देते सी कि अगर उत्थे किसी किस्म की कोई डिवेलपमेंट करनी है, अगर कोई किसी किस्म की गल करनी है तो जी उन्होंने स्थानक सभा है जी आम ग्राम पंचायत का लोग है वह बैठ के फैसले करेंगे। ये जो मामला सारा कुछ हो गया सी कानून बन गया तो फिर कुछ वातावरण प्रेमिया ने कारपोरेट घराणिया ते वड्डे जिहड़े हैगे है पूंजीपत लाणा ते सरकारी शहर दे उत्ते पटीशन दायर करनिया शुरू कर दिया कि जिहड़ा एक कानून बनिया जी 2006 वाला, यह कानून भारत की मूल जिहड़ी हैगी है भारतीय संविधान की जिहड़ी मूल भावना उहने उल्ट है, गैर संविधानक है ते इस कानून नूं रद्द कीता जावे। कहना उन्होंने की सी उन्हों का यह कहना सी कि जिहड़े ये आदिवासी जां जिहड़े जंगली बसनीक है इन्हां दे जंगलां दे विच रहण नाल वातावरण नूं बहुत वड्डा नुकसान पैदा हुंदा है। हुण तुसीं देखो क्या शानदार लफ्ज इस्तेमाल कीता है, गरीब लोकां नूं उन्हां दे घरां दे विचों उजाड़न वास्ते, उन्हां नूं बेदखल करन वास्ते इन्हां ने उह केस दायर करते। सुप्रीम कोर्ट ने उन्हां केसां नूं सुनवाई दे लई दर्ज कर लिया कि लियाओ जी असीं इन्हां नूं सुनवाई इहदी करदे तां सुनवाई करदिआं सुप्रीम कोर्ट ने जिहड़ा 2006 दा कानून सी ਉਹਦੇ ਵਿੱਚ ਉਹਨਾਂ ਨੇ ਕਿਹਾ ਲਿਆਓ ਜੀ ਸਾਨੂੰ ਜਿਹੜਾ ਹੈਗਾ ਜੋ ਤੁਹਾਡੇ ਕੋਲ ਹੈ ਇੱਕ ਰਿਪੋਰਟ ਪੇਸ਼ ਕਰੋ ਕਿ ਇਹਨਾਂ ਲੋਕਾਂ ਦੀ ਕੀ ਸਥਿਤੀ ਹੈ। ਫਿਰ ਉਹ ਰਿਪੋਰਟ ਪੇਸ਼ ਹੁੰਦੀ ਹੈ ਜੀ, ਹਾਲਾਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਮੂਲ ਜਿਹੜੇ ਹੈਗੇ ਹੈ ਵਸਨੀਕ ਉਹਨਾਂ ਦੀ ਗ੍ਰਾਮ ਸਭਾ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਦੇ ਵਿੱਚੋਂ ਜਾਇਜ਼ ਕੌਣ ਹੈ ਤੇ ਨਜਾਇਜ਼ ਕੌਣ ਹੈ। ਪਰ ਇੱਥੇ ਗ੍ਰਾਮ ਸਭਾ ਦੀ ਬਜਾਏ ਜੋ ਉਹਨਾਂ ਨੇ ਓਬਜੈਕਸ਼ਨ ਦਿੱਤੇ ਕਿ ਜੀ ਅਸੀਂ ਆਹ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਜੰਗਲਾਂ 'ਚ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਇੰਨੀ ਸੋਝੀ ਹੈ ਨਹੀਂ ਕਿ ਅਸੀਂ ਇਹਦੇ ਮਾਲਕ ਕਿਵੇਂ, ਅਸੀਂ ਕਲੇਮ ਕਿਵੇਂ ਦੇਣੇ, ਕੀ ਕੁਛ ਕਰਨਾ ਕਰਾਉਣਾ। ਜਿਹੜੀ ਸਰਕਾਰੀ ਮਸ਼ੀਨਰੀ ਇਹਨਾਂ ਨੇ ਦਿਖਾਇਆ ਕੁਛ ਨਹੀਂ, ਜੋ ਸਰਕਾਰੀ ਮਸ਼ੀਨਰੀ ਨੇ ਉਹਨਾਂ ਨੇ ਕੁਛ ਦਿਖਾਇਆ ਨਹੀਂ, ਸਮਝਾਇਆ ਨਹੀਂ, ਜਿਵੇਂ ਉਹਨਾਂ ਨੇ ਕੋਈ ਵਿਚਾਰਿਆਂ ਨੇ ਆਪਦੇ ਕਲੇਮ ਖਲੂਮ ਦਿੱਤੇ ਉਹਨਾਂ ਕਲੇਮਾਂ ਦੇ ਵਿੱਚੋਂ ਲਗਭਗ ਅੱਧੇ ਕਲੇਮ ਹੈ ਜਿਹੜੇ ਜੀ ਉਹ ਰੱਦ ਕਰਕੇ ਕਹਿੰਦੇ ਉਹ ਹੈ। ਫਿਰ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਉਹ ਵਿਚਾਰੇ ਜੰਗਲਾਂ 'ਚ ਰਹਿਣ ਵਾਲੇ ਲੋਕ ਹੈ ਉਹਨਾਂ ਦੇ ਹਿੱਤਾਂ ਦੀ ਰਾਖੀ ਕਿਹਨੇ ਕਰਨੀ ਸੀ ਜੀ? ਕੇਂਦਰ ਸਰਕਾਰ ਨੇ ਕਰਨੀ ਸੀ। ਬਦਕਿਸਮਤੀ ਹੈ ਕਿ ਜਿੱਦੇ ਫੈਸਲਾ ਆਉਂਦਾ ਹੈ ਫੈਸਲੇ ਵਾਲੇ ਦਿਨ ਕੇਂਦਰ ਸਰਕਾਰ ਦਾ ਕੋਈ ਵੀ ਵਕੀਲ ਹੈ ਜਿਹੜਾ ਉਹ ਉਹਦੇ 'ਚ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੀ ਨਹੀਂ ਹੁੰਦਾ। ਔਰ ਜਦੋਂ ਸੁਪਰੀਮ ਕੋਰਟ ਦੇ ਵਿੱਚ ਉਹ ਪੇਸ਼ ਨਹੀਂ ਹੁੰਦਾ ਤਾਂ 13 ਫਰਵਰੀ ਵਾਲੇ ਦਿਨ ਸੁਪਰੀਮ ਕੋਰਟ ਇਹ ਫੈਸਲਾ ਕਰ ਦਿੰਦੀ ਹੈ ਕਿ ਇਹਨਾਂ ਲੋਕਾਂ ਨੂੰ ਚੱਕੋ ਇੱਥੋਂ ਜਿਹੜੇ ਗੈਰ ਕਾਨੂੰਨੀ ਲੋਕ ਹੈ, ਇਹਨਾਂ ਨੂੰ ਜੁਲਾਈ 2019 ਤੱਕ ਜੰਗਲਾਂ 'ਚੋਂ ਬਾਹਰ ਕੱਢ ਦਿਓ। ਲੱਖਾਂ ਲੋਕ ਜਿਹੜੇ ਹੈਗੇ ਆ ਲਗਭਗ ਵੀ 11-12 ਲੱਖ ਜਿਹੜੇ ਹੈਗੇ ਆ ਪਰਿਵਾਰ, ਉਹਨਾਂ ਦੇ ਉੱਜੜਨ ਦਾ ਖਤਰਾ ਪੈਦਾ ਹੋ ਗਿਆ। ਜਦੋਂ ਉੱਜੜਨ ਦਾ ਖਤਰਾ ਪੈਦਾ ਹੋ ਗਿਆ ਤਾਂ ਫਿਰ ਕਾਂਗਰਸ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਹੈ ਮਿਸਟਰ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਆਪੋ ਆਪਣੀਆਂ ਸਰਕਾਰਾਂ ਜਿੱਥੇ ਉਹਨਾਂ ਦੀਆਂ ਉਹਨਾਂ ਦੀ ਪਾਰਟੀ ਦੀਆਂ ਸਰਕਾਰਾਂ ਹੈ, ਉਹਨੇ ਉਹਨਾਂ ਸਰਕਾਰਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਵਿਊ ਪਟੀਸ਼ਨ ਦਾਇਰ ਕਰੋ ਕਿ ਜੀ ਇਹ ਜਿਹੜਾ ਹੈਗਾ ਤੁਹਾਡਾ ਫੈਸਲਾ ਇਹਦੇ 'ਤੇ ਮੁੜ ਵਿਚਾਰ ਕੀਤੀ ਜਾਵੇ। ਖਾਸ ਕਰਕੇ ਸਤੀਸ਼ਗੜ੍ਹ ਦੀ ਸਰਕਾਰ ਹੈ ਜਿਹੜੀ ਉਹਨਾਂ ਨੇ ਤਿਆਰੀ ਕਰਨੀ ਸ਼ੁਰੂ ਕਰਤੀ। ਤੇ ਮੈਂ ਇੱਥੇ ਉਹਨਾਂ ਨਾਲ ਇਹ ਵੀ ਜ਼ਿਕਰ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਦੇ ਦੌਰਾਨ ਸਤੀਸ਼ਗੜ੍ਹ ਦੇ ਵਿੱਚ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸੀ ਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਜਿਹਨਾਂ ਲੋਕਾਂ ਦੇ ਉੱਤੇ ਮੁਕੱਦਮੇ ਬਣਾ ਬਣਾ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਸੀ, ਉਹ ਜਿਹੜੀ ਉੱਥੋਂ ਦੀ ਸਰਕਾਰ ਆ ਹੁਣ ਕਾਂਗਰਸ ਦੀ ਸਰਕਾਰ ਨੇ ਉਹਨਾਂ ਸਾਰਿਆਂ ਦੀ ਕੇਸ ਵਾਪਸ ਲੈਣੇ ਸ਼ੁਰੂ ਕਰ ਦਿੱਤੇ। ਜਦੋਂ ਉਹਨਾਂ ਨੇ ਉੱਥੋਂ ਉਦਮ ਸ਼ੁਰੂ ਕੀਤਾ ਕਿ ਹਾਂ ਸਾਨੂੰ ਅਸੀਂ ਇਹਦੇ ਖਿਲਾਫ਼ ਜਿਹੜੀ ਹੈਗੀ ਇਹਦੀ ਉਹ ਰਹੇ ਹਾਂ ਰਿਵਿਊ ਪਟੀਸ਼ਨ ਦੇ ਵਿੱਚ, ਤੇ ਫਿਰ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਜਾਗ ਆ ਗਈ, ਉਹਨਾਂ ਦੀ ਗੁਜਰਾਤ ਵਾਲੀ ਸਰਕਾਰ ਨੂੰ ਵੀ ਜਾਗ ਆ ਗਈ ਕਿ ਚੋਣਾਂ ਸਿਰ 'ਤੇ ਆ ਗਈਆਂ ਤੇ ਆਪਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹੁਣ ਕਿਤੇ ਆਹ ਜਿਹੜੇ 11 ਲੱਖ ਲੋਕਾਂ ਨੇ ਉਜੜਨੇ, ਇਹਨਾਂ ਦਾ ਜਿਹੜਾ ਉਜਾੜੇ ਦੀ ਜਿਹੜਾ ਮੈਸੇਜ ਹੈ ਇਹ ਮੈਸੇਜ ਸਾਰੇ ਜ਼ਿਕਰ ਸੈਕਸ਼ਨ 'ਚ ਨਾ ਚਲਾ ਜਾਵੇ ਤੇ ਆਪਾਂ ਨੂੰ ਲੈਣੇ ਦੇ ਕਿਤੇ ਦੇਣੇ ਨਾ ਪੈ ਜਾਣ ਵੀ ਇਹਨੂੰ ਥੋੜੇ ਸਮੇਂ ਲਈ ਮਾਮਲੇ ਨੂੰ ਫਿਰ ਟਾਲ ਦੇ। ਉਹ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੇ ਵਿੱਚ ਮੋਦੀ ਸਰਕਾਰ ਤੇ ਗੁਜਰਾਤ ਸਰਕਾਰ ਇਹ ਵੀ ਪਟੀਸ਼ਨਾਂ ਲੈ ਕੇ ਤੁਰ ਗਈ, ਕਹਿੰਦੇ ਜੀ ਤੁਸੀਂ ਹੁਣ ਇਹਦੇ 'ਤੇ ਮੁੜ ਵਿਚਾਰ ਕਰੋ। ਸੁਪਰੀਮ ਕੋਰਟ ਨੇ ਹੁਣ
ਜਿਹੜਾ ਆਪਣਾ ਫੈਸਲਾ ਜਿਹੜਾ ਹੈ ਜੀ ਉਹਦੇ ਤੇ ਰੋਕ ਲਾ ਤੀ ਹੈ। ਉਹਨਾਂ ਨੇ ਕਹਿ ਤਾ ਵੀ ਫਿਲਹਾਲ ਇਸ ਦੇ ਉੱਤੇ ਰੋਕ ਲਾਈ ਜਾਂਦੀ ਹੈ ਤੇ ਇਹਦੇ ਤੇ ਆਪਾਂ ਅਗਲੀ ਵਿਚਾਰ ਵਟਾਂਦਰਾ ਕਰਾਂਗੇ। ਸੋ ਇਹ ਭਾਵੇਂ ਵਕਤੀ ਤੌਰ ਦੇ ਉੱਤੇ ਰੋਕ ਲੱਗ ਗਈ ਹੈ, ਲੇਕਿਨ ਇੱਕ ਬਹੁਤ ਵੱਡਾ ਖਤਰਾ ਤੁਸੀਂ ਇਸ ਦੇਸ਼ ਦੇ ਵਿੱਚ ਦੇਖਿਆ ਹੋਣਾ ਕਿ ਜਿਹੜੇ ਲੋਕ ਆਦਿ ਵਾਸੀਆਂ ਦੇ ਹੱਕ ਦੇ ਵਿੱਚ ਮਾੜਾ ਮੋਟਾ ਬੋਲਦੇ ਵੀ ਹੈ, ਉਹਨਾਂ ਲੋਕਾਂ ਦੇ ਉੱਤੇ ਵੀ ਜੰਗਲਾਂ ਦੇ ਵਸਨੀਕਾਂ ਦੇ ਉੱਤੇ ਮੁਕੱਦਮੇ ਬਣਾਏ ਜਾਂਦੇ, ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਔਰ ਸਭਿਅਤਾ ਦੇ ਨਾਂ ਦੇ ਉੱਤੇ ਸਿਰਫ ਇਸ ਗੱਲ ਦੇ ਉੱਤੇ ਕਿ ਜੀ ਅਸੀਂ ਵਾਤਾਵਰਨ ਨੂੰ ਬਚਾਉਣਾ, ਉਹ ਬਚਾਉਣ ਦੇ ਨਾਂ ਦੇ ਉੱਤੇ ਜੋ ਕੁਛ ਕੀਤਾ ਜਾ ਰਿਹਾ ਇਹ ਬਹੁਤ ਵੱਡਾ ਅਡੰਬਰ ਹੈ। ਅਸਲ ਦੇ ਵਿੱਚ ਇੱਥੇ ਪਤਾ ਲੱਗਦਾ ਕਿ ਭਾਰਤ ਦੀ ਜਿਹੜੀ ਭਾਰਤੀ ਹਕੂਮਤ ਦਾ ਖਾਸਾ ਹੈ ਜੀ ਉਹ ਐਂਟੀ ਪੀਪਲ ਹੈ, ਆਮ ਲੋਕਾਂ ਦੇ ਵਿਰੋਧ ਵਿੱਚ ਹੈ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੈ। ਇਹ ਬਹੁਤ ਵੱਡੀ ਪ੍ਰੋਬਲਮ ਹੈ, ਬਹੁਤ ਵੱਡੀ ਸਮੱਸਿਆ ਹੈ। ਖੁਸ਼ੀ ਦੀ ਸਾਡੇ ਵਾਸਤੇ ਗੱਲ ਇਹ ਹੈ ਕਿ ਉਹਨਾਂ ਆਦਿਵਾਸੀਆਂ ਦੇ ਉਹਨਾਂ ਦੇ ਜੰਗਲਾਂ ਦੇ ਵਸਨੀਕ ਹੈ ਜਿਹੜੇ ਉਹਨਾਂ ਜੰਗਲਾਂ ਦੇ ਵਸਨੀਕਾਂ ਦੇ ਹੱਕ ਦੇ ਵਿੱਚ ਭਾਰਤ ਦੀਆਂ ਜਮਹੂਰੀ ਧਿਰਾਂ ਨੇ ਵੱਖ ਵੱਖ ਥਾਵਾਂ ਦੇ ਉੱਤੇ ਵੱਡੇ ਵੱਡੇ ਜਲਸੇ ਜਲੂਸ ਕਰਕੇ ਮੁਜ਼ਾਹਰੇ ਕਰਕੇ ਉਹਨਾਂ ਨੇ ਪ੍ਰੋਟੈਸਟ ਵੀ ਲਾਮਬੰਦ ਕਰਨੇ ਸ਼ੁਰੂ ਕੀਤੇ ਹੈ ਤਾਂ ਕਿ ਆਮ ਲੋਕਾਂ ਨੂੰ ਵੀ ਉਹਨਾਂ ਦੇ ਹੱਕਾਂ ਹਿੱਤਾਂ ਬਾਰੇ ਜਾਣੂ ਕਰਵਾਇਆ ਜਾਵੇ ਤੇ ਉਹਨਾਂ ਦੇ ਹੱਕ ਵਿੱਚ ਇੱਕ ਰਾਏ ਆਮਾ ਬਣਾਈ ਜਾਵੇ ਤਾਂ ਕਿ ਉਹਨਾਂ ਜਿਹੜੇ ਗਰੀਬ ਹੈ ਕੁਦਰਤ ਦੇ ਜਿਹੜੇ ਪ੍ਰੇਮੀ ਹੈ ਉਹਨਾਂ ਕੁਦਰਤ ਦੇ ਪ੍ਰੇਮੀਆਂ ਨੂੰ ਉਹਨਾਂ ਦੇ ਘਰ ਤੋਂ ਨਾਲ ਜਾ ਲਿਆ ਜਾ ਸਕੇ। ਠੀਕ ਚਲੋ ਸਾਹਿਬ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਦੀ ਇੱਕ ਚਿੱਠੀ ਥੋੜੇ ਦਿਨ ਪਹਿਲਾਂ ਸਾਹਮਣੇ ਆਈ, ਕਹਿੰਦੇ ਜੀ ਮੈਂ ਅਸਤੀਫਾ ਦਿੰਦਾ। ਨਾਲ ਇੱਕ ਹੋਰ ਬਿਆਨ ਆ ਗਿਆ ਕਿ ਜਿਹੜਾ ਗੁਰਮੀਤ ਰਾਮ ਰਹੀਮ ਦਾ ਮਾਫ਼ੀਨਾਮਾ ਸੀ ਉਹ ਐਡਟ ਅਕਾਲ ਤਖ਼ਤ ਤੇ ਕੀਤਾ ਗਿਆ, ਕੱਲ੍ਹ ਉਹਨਾਂ ਦਾ ਇਹ ਅਸਤੀਫਾ ਵੀ ਕਬੂਲ ਕਰ ਲਿਆ ਗਿਆ, ਉਹਨਾਂ ਦੀ ਥਾਂ ਦੇ ਉੱਤੇ ਨਵੇਂ ਜਥੇਦਾਰ ਵੀ ਲਾ ਦਿੱਤੇ ਗਏ ਆ। ਦੇਖੋ ਜੀ, ਜਿਹੜੇ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਕਹਿ ਸਕਦੇ ਹਾਂ ਆਪਾਂ ਜਥੇਦਾਰ ਹੋ ਗਏ ਹੁਣ ਗਿਆਨੀ ਇਕਬਾਲ ਸਿੰਘ, ਉਹ ਬੜੇ ਰੰਗੀਨ ਆਦਮੀ ਹੈ ਜੀ। ਉਹਨਾਂ ਦੀ ਬੋਲਬਾਣੀ ਵੀ ਇੰਨੀ ਸਦਕ ਹੈ ਕਿ ਆਮ ਬੰਦਾ ਸੁਣ ਕੇ ਵੀ ਸ਼ਰਮਾ ਜਾਂਦਾ ਹੈ। ਜੇ ਕਿਸੇ ਨਾਲ ਥੋੜੇ ਬਹੁਤੇ ਮਤਭੇਦ ਹੋ ਗਏ ਤੇ ਉਹ ਹਮੇਸ਼ਾ ਹੀ ਹੁੰਦਾ ਵੀ ਕੱਢ ਦਿਆਂਗੇ, ਛੇਕ ਦਿਆਂਗੇ, ਪੰਥ ਧੱਕਾ ਦੇ ਦਿਆਂਗੇ ਵਗੈਰਾ ਵਗੈਰਾ, ਉਹ ਕਰਦੇ ਰਹੇ। ਉਹਨਾਂ ਦੇ ਉੱਤੇ ਇਹ ਵੀ ਇਲਜ਼ਾਮ ਹੈ, ਅਨੈਤਿਕਤਾ ਦਾ ਵੀ ਇਲਜ਼ਾਮ ਹੈ ਕਿ ਪਹਿਲੀ ਪਤਨੀ ਦੇ ਹੁੰਦਿਆਂ ਉਹਨਾਂ ਨੇ ਦੋ ਇੱਕ ਹੋਰ ਬੀਬੀ ਰੱਖੀ ਹੈ, ਦੋ ਦੋ ਪਤਨੀਆਂ ਰੱਖੀਆਂ ਹੋਈਆਂ। ਬੋਲਬਾਣੀ ਵੀ ਉਹਨਾਂ ਦੀ ਮਾੜੀ ਹੈ, ਔਰ ਉਹਨਾਂ ਦੇ ਉੱਤੇ ਇਹ ਵੀ ਇਲਜ਼ਾਮ ਲੱਗਦਾ ਰਿਹਾ ਕਿ ਕਈ ਵਾਰੀ ਉਹ RSS ਦੇ ਹੱਕ ਵਿੱਚ ਵੀ ਭੁਗਤਦੇ ਰਹੇ ਹੈ। ਡੇਰਾ ਮੁਖੀ ਨੂੰ ਜਿਸ ਵੇਲੇ ਮਾਫ਼ ਕੀਤਾ ਗਿਆ ਉਸ ਵੇਲੇ ਉਹ ਮਾਫ਼ੀਨਾਮੇ ਦੇ ਉੱਤੇ ਦਸਤਖਤ ਕਰਨ ਵਾਲੇ ਉਹ ਵੀ ਸੀ। ਇਹਦੇ ਬਾਵਜੂਦ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਖਿਲਾਫ਼ ਕੁੱਝ ਹੋਰ ਇਲਜ਼ਾਮ ਲੱਗੇ। ਉਹਨਾਂ ਦਾ ਬੇਟਾ ਜਿਹੜਾ ਉਹ ਸ਼ਰੇਆਮ ਸਿਗਰਟ ਨੂੰ ਸ਼ਿਕਰ ਦਾ ਜਿਹੜਾ ਹੈਗਾ ਉਹਦੀ ਵੀਡੀਓ ਵਾਇਰਲ ਹੋ ਗਈ ਹੈ, ਉਹਦੀ ਤਸਵੀਰ ਸਾਰੀ ਵਾਇਰਲ ਹੋ ਗਈ ਹੈ। ਉਹਦੇ 'ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਉਨੀ ਦੇਰ ਤੱਕ ਆਪਣੇ ਜਿਹੜੇ ਹੈਗੇ ਸਾਰੇ ਹੱਕ ਹਕੂਕ ਤੋਂ ਬੇਦਖਲ ਕਰਦਾ, ਚਾਹੇ ਉਹ ਜੈਵਿਕ ਹੈ ਤੇ ਚਾਹੇ ਉਹ ਭੌਤਿਕ ਹੈ, ਜਿੰਨੀ ਦੇਰ ਤੱਕ ਉਹ ਆਪਣੇ ਆਪ ਨੂੰ ਦੋਸ਼ ਮੁਕਤ ਨਹੀਂ ਕਰਾਰ ਦੇ ਸਕਦਾ। ਹੁਣ ਜਿਹੜੇ ਬੰਦੇ ਨੂੰ ਸ਼ਰੇਆਮ ਸਿਗਰਟ ਪੀਂਦਾ ਸੀ ਫਾੜੀ ਲਿਆ, ਸੋਸ਼ਲ ਮੀਡੀਆ ਦੇ ਉੱਤੇ ਵੀ ਵੀਡੀਓ ਵਾਇਰਲ ਹੋ ਗਈ ਹੈ, ਉਹ ਹੁਣ ਆਪਣੇ ਆਪ ਨੂੰ ਕਿਵੇਂ ਸਾਬਤ ਕਰੂਗਾ? ਇਸੇ ਦੌਰਾਨ ਮਿਸਟਰ ਕਮਿਕਰ ਸਿੰਘ ਇੱਕ ਬੜੇ ਜੰਗਜੂ ਸਿੱਖ ਆਗੂ ਹੈ, ਉਹ ਵੀ ਪਟਨਾ ਸਾਹਿਬ ਤੱਕ ਜਿਹੜਾ ਪਟਨਾ ਸਾਹਿਬ ਬੋਰਡ ਦੇ ਮੈਂਬਰ ਹੈਗੇ, ਉਹ ਪਿਛਲੇ ਦਿਨ ਉੱਥੇ ਗਏ ਸੀ। ਉਹਨਾਂ ਨੇ ਜਾ ਕੇ ਕੋਈ ਹਿਸਾਬ ਕਿਤਾਬ ਚੈੱਕ ਕੀਤਾ ਤੇ ਉਸ ਹਿਸਾਬ ਕਿਤਾਬ ਦੇ ਦੌਰਾਨ ਕਮਿਕਰ ਸਿੰਘ ਮੁਤਾਬਕ ਕਾਫ਼ੀ ਗੜਬੜ ਪਾਈ ਗਈ ਹੈ। ਅਵਤਾਰ ਸਿੰਘ ਹਿੱਤ ਜਿਹੜੇ ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਇੱਕ ਉੱਘੇ ਨਾਂ ਹੈ, ਉਹ ਇਸ ਵੇਲੇ ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਹੈ ਤੇ ਉਹਨਾਂ ਨੇ ਸ਼ਿਕਾਇਤ ਦਿੱਤੀ ਅਕਾਲ ਤਖ਼ਤ ਸਾਹਿਬ ਨੂੰ। ਅਕਾਲ ਤਖ਼ਤ ਸਾਹਿਬ ਨੇ ਇੱਕ 7-ਮੈਂਬਰੀ ਕਮੇਟੀ ਬਣਾਤੀ, ਜਿਸ ਕਮੇਟੀ ਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਵਗੈਰਾ ਵੀ ਹੈਗੇ ਹੈ। ਉਸ ਕਮੇਟੀ ਨੂੰ ਕਹਿਤਾ ਕਿ ਤੁਸੀਂ ਇਹਦੇ ਤੇ ਪੁੱਛ ਪੜਤਾਲ ਕਰੋ। ਕਮੇਟੀ ਨੇ ਆਪਦੀ ਪੜਤਾਲ ਸ਼ੁਰੂ ਕਰਤੀ ਤੇ ਫਿਰ ਦੂਜਾ ਐਪੀਸੋਡ ਸ਼ੁਰੂ ਹੋ ਗਿਆ। ਉਹੀ ਇਕਬਾਲ ਸਿੰਘ ਜੀ ਨੇ ਦਸਤਖਤ ਕੀਤੇ ਹੋਏ ਸੀ ਡੇਰਾ ਮੁਖੀ ਨੂੰ ਮਾਫ਼ ਕਰਨ ਵਾਸਤੇ। ਉਹਨਾਂ ਨੇ ਪਹਿਲਾਂ ਤਾਂ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਜਿਹੜੇ ਭਾਈ ਹਰਪ੍ਰੀਤ ਸਿੰਘ, ਉਹਨਾਂ ਨੂੰ ਵੀ ਆੜੇ ਹੱਥੀ ਲਿਆ। ਉਹ ਕਹਿੰਦੇ ਕੱਲ੍ਹ ਦਾ ਛੋਕਰਾ ਹੈ, ਇਹ ਕੌਣ ਹੈ ਮੇਰੇ ਖਿਲਾਫ਼ ਕਮੇਟੀ ਬਣਾਉਣ ਵਾਲਾ? ਕਹਿੰਦੇ ਮੇਰੀ 35 ਵਰਿਆਂ ਦੀ ਸਰਵਿਸ ਹੈ, ਮੈਂ 35 ਵਰੇ ਸੇਵਾ ਕਰਦਾ ਰਿਹਾ ਇੱਕ ਤਖ਼ਤ ਸਾਹਿਬ ਦੀ ਪਟਨਾ ਸਾਹਿਬ ਦੀ। ਇੱਥੇ ਬਸ ਨਹੀਂ, ਸਗੋਂ ਉਹਨਾਂ ਨੇ ਇੱਕ ਨਵੀਂ ਚੁਣੌਤੀ ਦਿੱਤੀ, ਕਹਿੰਦਾ ਵੀ ਮੇਰੇ ਖਿਲਾਫ਼ ਤਾਂ ਕਮੇਟੀ ਬਣਾ ਤੀ ਤੇ ਜਿਹੜੇ ਗੁਰਬਚਨ ਸਿੰਘ ਨੇ ਡੇਰਾ ਮੁਖੀ ਨੂੰ ਮਾਫ਼ ਕੀਤਾ ਤੇ ਮੈਨੂੰ ਵੀ ਗੁੰਮਰਾਹ ਕਰਾ ਕੇ ਮੇਰੇ ਦਸਤਖਤ ਕਰਵਾਏ ਹੈ, ਇਹ ਗੱਲ ਵੀ ਤੁਹਾਡੀ ਠੀਕ ਹੈ ਕਿ ਜਿਹੜੀ ਉਹ ਡੇਰਾ ਮੁਖੀ ਦੀ ਚਿੱਠੀ ਸੀ ਖਿਮਾ ਦਾ ਜਾਂਚ, ਉਹ ਐਡਿਟ ਵੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੀਤੀ ਹੈ, ਐਡਾ ਵੱਜਰ ਅਪਰਾਧ ਕੀਤਾ ਕਿ ਮੈਂ ਵੀ ਉਹਨੂੰ ਤਾਂ ਕਿਸੇ ਨੇ ਪੁੱਛਿਆ ਤੱਕ ਨਹੀਂਗਾ। ਇੱਥੋਂ ਤੱਕ ਕਿ ਗੁਰਬਚਨ ਸਿੰਘ ਦਾ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਗੁਰਬਚਨ ਸਿੰਘ ਦੇ ਖਿਲਾਫ਼ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਪ੍ਰੋਟੈਸਟ ਵੀ ਹੁੰਦਾ ਰਿਹਾ, ਬਾਹਰਲੇ ਪਾਸੇ ਉਹਦੇ ਪੁਤਲੇ ਵੀ ਸਾੜੇ ਜਾਂਦੇ ਰਹੇ ਹੈ
ਇੱਥੇ ਬਸ ਨੀ, ਸਗੋਂ ਉਹਨਾਂ ਨੂੰ ਕਹਿੰਦੇ ਇੱਕ ਵਾਰੀ ਮੱਥਾ ਟੇਕਣ ਵੀ ਨਹੀਂ ਸੀ ਜਾਣ ਦਿੱਤਾ ਸੇਵਾਦਾਰਾਂ ਨੇ, ਉਹਦੇ ਖਿਲਾਫ਼ ਕੋਈ ਕਾਰਵਾਈ ਨੀ ਕੀਤੀ, ਕਹਿੰਦੇ ਜੀ ਮੈਨੂੰ ਟਾਰਗੇਟ ਕਿਉਂ ਕੀਤਾ ਗਿਆ ਉਹਨਾਂ ਨੇ ਵਗੈਰਾ ਵਗੈਰਾ, ਬੜਾ ਉਹਨਾਂ ਨੇ ਕੋਸ਼ਿਸ਼ ਕੀਤੀ। ਚਲੋ ਇਸ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਦਿਨ ਅਸਤੀਫਾ ਦਿੱਤਾ, ਅਸਤੀਫਾ ਦਿੱਤਾ, ਕਹਿੰਦੇ ਮੈਂ ਅਸਤੀਫਾ ਦਿੱਤਾ। ਦੋ ਘੰਟਿਆਂ ਬਾਅਦ ਵੀ ਕਹਿੰਦੇ ਜੀ ਮੇਰਾ ਤਾਂ ਅਸਤੀਫਾ, ਜਿਹੜੇ ਹੈਗੇ ਸਾਡੇ ਸਕੱਤਰ ਸਾਹਿਬ ਮਹਿੰਦਰ ਸਿੰਘ ਢਿੱਲੋਂ, ਢਿੱਲੋਂ ਸਾਹਿਬ ਨੇ ਕਹਿੰਦੇ ਮੇਰਾ ਅਸਤੀਫਾ ਰੱਦ ਕਰਤਾ ਤੇ ਮੈਨੂੰ ਕਹਿਤਾ ਵੀ ਤੁਸੀਂ ਦੁਬਾਰਾ ਫਿਰ ਸੇਵਾ ਸੰਭਾਲ ਲਓ। ਤੇ ਫਿਰ ਉਹਨਾਂ ਨੇ ਅੱਗੇ ਸੇਵਾ ਸੰਭਾਲ ਲਈ, ਤਖ਼ਤ ਸਾਹਿਬ ਦੀ ਫਿਰ ਸੇਵਾ ਕਰਨ ਲੱਗ ਗਏ। ਇਸੇ ਦੌਰਾਨ ਕੱਲ ਇੱਕ ਮੀਟਿੰਗ ਹੋ ਗਈ, ਮੀਟਿੰਗ ਜਦੋਂ ਹੋ ਰਹੀ ਸੀ ਤੇ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਕੋਲੇ 7 ਮੈਂਬਰੀ ਕਮੇਟੀ ਨੇ ਆਪਣੀ ਅੰਤਰਿਮ ਰਿਪੋਰਟ ਵੀ ਭੇਜੀ। ਉਸ ਮੀਟਿੰਗ ਦੇ ਦੌਰਾਨ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹੁਕਮ ਕਰਤਾ ਕਿ ਜੀ ਭਾਈ ਇਕਬਾਲ ਸਿੰਘ ਹੋਰਾਂ ਨੂੰ ਡਿਊਟੀ ਤੋਂ ਫਾਰਗ ਕਰ ਦਿਓ। ਪਹਿਲਾਂ ਮੀਟਿੰਗਾਂ ਦੋ ਰੱਖੀਆਂ ਸੀ, ਇੱਕ ਕੱਲ ਦੀ ਮੀਟਿੰਗ ਰੱਖੀ ਸੀ, ਇੱਕ 14 ਮਾਰਚ ਦੀ ਰੱਖੀ ਸੀ, ਮਹਿੰਦਰ ਸਿੰਘ ਢਿੱਲੋਂ ਨੇ 14 ਦੀ ਰੱਖੀ ਸੀ। ਲੇਕਿਨ ਫਿਰ ਕਿਉਂਕਿ ਅਕਾਲ ਤਖ਼ਤ ਦੀ ਜਦੋਂ ਦਖਲਅੰਦਾਜ਼ੀ ਆ ਗਈ, ਮੀਟਿੰਗ ਕੱਲ ਹੀ ਕਰ ਲਈ। ਕੱਲ ਮੀਟਿੰਗ ਕਰਕੇ ਜਿਹੜਾ ਤਖ਼ਤ ਪਟਨਾ ਸਾਹਿਬ ਦਾ ਬੋਰਡ ਹੈ ਉਹਦੀ ਧਾਰਾ 79 ਦੇ ਵਿੱਚ ਇਹ ਅੰਕਿਤ ਕੀਤਾ ਹੋਇਆ ਹੈ ਕਿ ਜੇ ਗੱਲ ਜ਼ਿਆਦਾ ਵੱਜੇ ਤਾਂ ਅਕਾਲ ਤਖ਼ਤ ਸਾਹਿਬ ਦਖਲ ਅੰਦਾਜ਼ੀ ਕਰ ਸਕਦੇ ਹੈ ਤੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਜਿਹੜਾ ਉਹ ਮੰਨਣਾ ਸਾਰਿਆਂ ਲਈ ਜ਼ਰੂਰੀ ਹੈ। ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਹਿਤਾ ਇਹਨੂੰ ਹਟਾ ਦੇ, ਉਹਨਾਂ ਨੇ ਵੀ ਹਟਾਤਾ। ਹਟਾਉਣ ਤੋਂ ਬਾਅਦ ਭਾਈ ਰਜਿੰਦਰ ਸਿੰਘ ਨੂੰ ਤਾਂ ਹਿਤੋਰਾ ਨੇ ਬਣਾਤਾ ਤੇ ਉਹਨੂੰ ਮੰਨਿਆ ਨੀ, ਮਹਿੰਦਰ ਸਿੰਘ ਢਿੱਲੋਂ ਨੇ ਮੰਨਿਆ ਨੀ, ਉਹਨਾਂ ਨੇ ਇੱਕ ਪੈਰਲ ਆਪਣਾ ਜਥੇਦਾਰ ਹੋਰ ਸਥਾਪਿਤ ਹੈ। ਸੋ ਇਹ ਹਾਲਤ ਹੈ ਜੀ ਸਾਡੇ, ਮਤਲਬ ਹੈ ਪੰਜਾਬ ਵਾਲੇ ਤਖ਼ਤਾਂ ਵਿੱਚ ਆਪਾਂ ਗੱਲ ਕਰਦੇ ਕਰਦੇ ਹੁੰਦੇ ਸੀ ਗੜਬੜ, ਪੰਜਾਬ ਤੋਂ ਬਾਹਰਲੇ ਤਖ਼ਤਾਂ ਨੂੰ ਵੀ ਜਿਹੜਾ ਹੈਗਾ ਇਸ ਕਿਸਮ ਦੀਆਂ ਨਮੋਸ਼ੀ ਭਰੀਆਂ ਜਿਹੜੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਸ ਇਹੀ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਕਿ ਭਾਈਚਾਰਾ, ਸਿੱਖ ਭਾਈਚਾਰਾ ਜਿਹੜਾ ਹੈਗਾ ਉਹ ਕੁਛ ਸੋਚੇ ਸਮਝੇ ਤੇ ਆਪਣੇ ਜਿਹੜੇ ਧਾਰਮਿਕ ਸਥਾਨ ਹੈ, ਧਾਰਮਿਕ ਜਿਹੜੇ ਸਾਡੇ ਅਹਿਮ ਮਹੱਤਵਪੂਰਨ ਤਖ਼ਤ ਸਾਹਿਬਾਨ ਹੈ ਇਹਨਾਂ ਦੀ ਪਵਿੱਤਰਤਾ ਜਿਹੜੀ ਇਹਨੂੰ ਬਰਕਰਾਰ ਰੱਖਣ ਲਈ ਉਹ ਕੁਛ ਨਾ ਕੁਛ ਉਪਰਾਲੇ ਜ਼ਰੂਰ ਕਰੇ ਜੀ। ਚਲੋ ਸਾਹਿਬ ਬਹੁਤ ਮਿਹਰਬਾਨੀ ਜੀ, ਅਗਲੇ ਹਫ਼ਤੇ ਅਸੀਂ ਫੇਰ ਸਾਂਝ ਪਾਵਾਂਗੇ, ਅੱਜ ਜੁੜਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਧੰਨਵਾਦ ਜੀ, ਮਿਹਰਬਾਨੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।